ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਮਿਲੀਏ ਫਿਰ ਨਾ ਪਵੇ, ਜਨਮ ਮਰਨ ਦੁੱਖ ਜਾਏ। ਸਤਿਗੁਰ ਮਿਲੀਏ ਫਿਰ ਨਾ ਪਵੇ, ਜਨਮ ਮਰਨ ਦੁੱਖ ਜਾਏ। ਜ਼ੋਰ ਤੁਸੀਂ ਕਿਤੇ ਹੋਰ ਥੇ ਲਾ ਦਿੰਦੇ ਹੋ, ਜਦੋਂ ਸਾਡੀ ਵਾਰੀ ਆਉਂਦੀ ਫਿਰ ਹੱਲ ਉੱਪਰ ਉੱਪਰ ਰੱਖਦੇ ਹੋ, ਤੱਕੜੀ ਹੱਲ ਕਿਤੇ ਹੋਰ ਥੇ ਲਾ ਦਿੰਦੇ ਹੋ। ਹੈਂ, ਤੁਸੀਂ ਇੰਨਾ ਜ਼ੋਰ ਨਾ ਲਾਇਆ ਕਰੋ, ਦੋ ਕੰਮ ਨਹੀਂ ਹੁੰਦੇ ਹੈਗੇ। ਤਰਜ ਜਿਹੜੇ ਹਿਸਾਬ ਦੀ ਲੱਗੀ ਬੈਠੀ ਹੁੰਦੀਆਂ ਨੇ ਜਿੱਥੇ, ਉੱਥੋਂ ਉੱਖੜ ਜਾਂਦੀ ਹੈ। ਫਿਰ ਮੁੜ ਕੇ ਪੜੋ। ਸਤਿਗੁਰ ਮਿਲੀਏ ਫਿਰ ਨਾ ਪਵੇ, ਜਨਮ ਮਰਨ ਦੁੱਖ ਜਾਏ। ਇਹ ਬਾਣੀ ਮਹਾਰਾਜ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ। ਸੰਤ ਜਦ ਵੀ ਦੁਨੀਆਂ 'ਤੇ ਆਉਂਦੇ ਹੈ, ਉਹ ਸਾਨੂੰ ਫਾਇਦਾ ਦੱਸਦੇ ਹੈ ਵੀ ਕਿਸ ਤਰ੍ਹਾਂ ਤੁਹਾਨੂੰ ਫਾਇਦਾ ਹੋ ਸਕਦਾ ਹੈ। ਹਰ ਕੰਮ ਅਸੀਂ ਫਾਇਦੇ ਵਾਸਤੇ ਕਰਦੇ ਹਾਂ, ਪਰ ਜੈਸੇ ਜੈਸੇ ਅਸੀਂ ਕੰਮ ਕਰਦੇ ਹਾਂ ਐਸੇ ਸਾਨੂੰ ਫਾਇਦੇ ਮਿਲਦੇ ਹੈ। ਗੁਰੂ ਸਾਹਿਬ ਜੀ ਬਾਣੀ 'ਚ ਜੋ ਫਰਮਾ ਰਹੇ ਠੀਕ ਫਰਮਾ ਰਹੇ ਹੈ, ਸਤਿਗੁਰ ਮਿਲੀਏ ਫੇਰ ਨਾ ਪਵੇ। ਸਾਨੂੰ ਕਿਹੜਾ ਫੇਰ ਪੈਣਾ ਹੈ? 84 ਦਾ। ਜੇ ਸਾਨੂੰ ਕੋਈ ਮਹਾਂਪੁਰਖ ਨਾ ਮਿਲਿਆ ਔਰ ਨਾ ਅਸੀਂ ਉਹਨਾਂ ਪਾਸੋਂ ਕੋਈ ਯੁਕਤੀ ਲੈ ਕੇ ਮਿਹਨਤ ਕੀਤੀ, ਫਿਰ ਸਾਨੂੰ ਬਹੁਤ ਵੱਡਾ ਫੇਰ ਪੈ ਜਾਣਾ ਹੈ। 84 ਦਾ ਫੇਰ ਪੈ ਜਾਣਾ ਹੈ। ਇਹ 84 ਦਾ ਫੇਰ ਬਹੁਤ ਬੜਾ ਹੈਗਾ। ਇਹ ਕਹਿਣ ਵਿੱਚ ਤਾਂ ਬਹੁਤ ਛੋਟੀ ਜਿਹੀ ਹੈ, ਲੇਕਿਨ ਭੁਗਤਣ ਵਿੱਚ ਬਹੁਤ ਬੜੀ ਹੈ। ਜਨਮ ਮਰਨ ਦੁੱਖ ਜਾਏ, ਸਾਨੂੰ ਇਹ ਨਹੀਂ ਪਤਾ ਕਿ ਜਨਮ ਮਰਨ ਦੇ ਵਿੱਚ ਕਿਤਨਾ ਦੁੱਖ ਹੈ, ਔਰ ਸੰਤ ਸਾਨੂੰ ਦੁੱਖਾਂ 'ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹੈ ਔਰ ਤਰੀਕਾ ਦੱਸ ਰਹੇ ਹੈ ਕਿ ਕਿਸ ਤਰੀਕੇ ਨਾਲ ਤੂੰ ਦੁੱਖ 'ਚੋਂ ਨਿਕਲ ਸਕਦਾ ਹੈ, ਕਿਹੜੇ ਕੰਮ ਦੇ ਨਾਲ ਤੂੰ ਦੁੱਖ 'ਚੋਂ ਨਿਕਲ ਸਕਦਾ ਹੈ। ਦੁਨੀਆਂ ਦੇ ਹਜ਼ਾਰਾਂ ਕੰਮ ਅਸੀਂ ਕਰਦੇ ਹਾਂ, ਲੇਕਿਨ ਦੁੱਖ ਸਾਡਾ ਬਣਿਆ ਰਹਿੰਦਾ ਹੈ। ਜਿਸ ਦੁੱਖ 'ਚੋਂ ਸਾਨੂੰ ਨਿਕਲਣਾ ਚਾਹੀਦਾ ਹੈ ਉਹ ਅਸੀਂ ਕੰਮ ਨਹੀਂ ਕਰਦੇ। ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਇਹ ਆਪਣੇ ਤਜ਼ਰਬੇ ਦੱਸ ਰਹੇ ਹੈ। ਜਦੋਂ ਉਹਨਾਂ ਨੂੰ ਸਤਿਗੁਰ ਨਹੀਂ ਸੀ ਮਿਲਿਆ, ਦੁਨੀਆਂ ਦੇ ਨੇਕਾਂ ਕਰਮ ਕੀਤੇ, ਜੱਗ ਮੋਸ਼ੇ ਵੀ ਕੀਤੇ ਔਰ ਇਸ਼ਨਾਨ ਦਾਨ ਵੀ ਕੀਤੇ, 22 ਵਾਰ ਉਹਨਾਂ ਗੰਗਾ ਦਾ ਇਸ਼ਨਾਨ ਕੀਤਾ ਹੈ।
22 ਵਾਰ ਤੀਰਥਾਂ ਦੇ ਇਸ਼ਨਾਨ ਕਰਨੇ ਬੜੀ ਸੌਖੀ ਗੱਲ ਨਹੀਂ ਹੈ, ਬੜੇ ਔਖੇ ਹੈ। ਕਿਤਨਾ ਉਹਨਾਂ ਨੇ ਧਨ ਖਰਚਿਆ ਹੋਏਗਾ, ਕਿਤਨਾ ਟਾਈਮ ਲਗਾਇਆ ਹੋਏਗਾ, ਔਰ ਵੀ ਕਰਮ ਕਰਦੇ ਰਹੇ। ਲੇਕਿਨ ਜਿਹੜਾ ਫੇਰ ਪੈਣਾ ਸੀ, ਉਸ ਫੇਰ ਦਾ ਕੋਈ ਇੰਤਜ਼ਾਮ ਨਹੀਂ ਹੋਇਆ। ਜਦ ਸਤਿਗੁਰ ਦੇ ਪਾਸ ਆਏ ਤਾਂ ਸਤਿਗੁਰ ਨੇ ਯੁਗਤੀ ਦੱਸੀ, ਉਸ ਯੁਗਤੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕੀਤੀ। ਫੇਰ ਪਤਾ ਲੱਗਾ ਕਿ ਜਿਸ ਫੇਰ ਤੋਂ ਅਸੀਂ ਬਚਣਾ ਸੀ, ਜੋ ਕੰਮ ਕਰਦੇ ਸੀ, ਉਸ ਫੇਰ ਤੋਂ ਅਸੀਂ ਬਚ ਨਹੀਂ ਸਕੇ। ਇਹ ਸਤਿਗੁਰ ਦੀ ਯੁਗਤੀ ਨਾਲ ਹੀ ਅਸੀਂ ਬਚ ਸਕਦੇ ਹਾਂ। ਸਤਿਗੁਰ ਮਿਲੀਏ ਫੇਰ ਨਾ ਪਵੇ। ਜਦੋਂ ਸਤਿਗੁਰ ਕੋਈ ਮਿਲਿਆ, ਮਹਾਂਪੁਰਖ ਸ਼ਬਦ ਅਭਿਆਸੀ ਜਾਂ ਸਤ ਵਾਲਾ, ਫਿਰ ਇਹਦਾ ਜਨਮ ਮਰਨ ਦਾ ਫੇਰ ਜਿਹੜਾ ਸੀ ਸਾਰਾ ਮੁੱਕ ਜਾਂਦਾ ਹੈ। ਇਹਨੂੰ 84 ਵਿੱਚ ਨਹੀਂ ਜਾਣਾ ਪੈਂਦਾ। ਇਹਨਾਂ ਕੰਮਾਂ ਵੱਲ ਸਾਨੂੰ ਸੰਤਾਂ ਦੀ ਬਾਣੀ ਜਿਹੜੀ ਹੈ, ਇੱਕ ਇੱਕ ਤੁੱਕ ਜਿਹੜੀ ਹੈ, ਇੱਕ ਤੁੱਕ ਹੀ ਵਿਚਾਰਨ ਵਾਲੀ ਹੈ ਕਿ ਸਾਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਸਾਨੂੰ ਦੁੱਖ ਔਰ ਸੁੱਖ ਸੰਤ ਦੱਸ ਰਹੇ ਹੈ, ਇਹ ਕਿਸ ਕੰਮ ਦੇ ਨਾਲ ਸਾਡਾ ਦੁੱਖ ਸੁੱਖ ਜਿਹੜਾ ਦੂਰ ਹੋ ਸਕਦਾ, ਕਿਸ ਤਰ੍ਹਾਂ ਅਸੀਂ ਇਹਦੇ 'ਚੋਂ ਬਚ ਸਕਦੇ ਹਾਂ। ਉਹ ਸੰਤਾਂ ਦੀ ਸ਼ਰਨ ਨਾਲ, ਉਹਨਾਂ ਦੀ ਸਿੱਖਿਆ ਦੇ ਨਾਲ, ਜੋ ਸਿੱਖਿਆ ਸਾਨੂੰ ਦੇਣ ਉਹਦੇ ਮੁਤਾਬਕ ਅਸੀਂ ਚੱਲੀਏ, ਤਾਂ ਅਸੀਂ ਇਸ ਜਨਮ ਮਰਨ ਦੇ ਦੁੱਖ ਤੋਂ ਬਚ ਸਕਦੇ ਹਾਂ। ਹੋਰ ਕੋਈ ਤਰੀਕਾ ਨਹੀਂ। ਹੋਰ ਤੁਸੀਂ ਜਿਤਨੇ ਮਰਜ਼ੀ ਕੰਮ ਕਰੋ, ਯੋਗ ਅਭਿਆਸ ਕਰ ਲਓ, ਤਪੱਸਿਆ ਕਰ ਲਓ, ਦਾਨ ਪੁੰਨ ਕਰ ਲਓ, ਜੋ ਮਰਜ਼ੀ ਕਰ ਲਓ, ਇਹ ਲੈਣ ਦੇਣ ਬਣ ਜਾਂਦਾ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਸਾਡਾ ਲੈਣ ਦੇਣ ਬਣ ਜਾਂਦਾ ਹੈ, ਕਿਸੇ 'ਤੇ ਅਸੀਂ ਦੇਣਦਾਰ ਬਣ ਜਾਂਦੇ ਹਾਂ, ਕਿਸੇ ਕੋਲੋਂ ਲੈਣਦਾਰ ਬਣ ਜਾਂਦੇ ਹਾਂ। ਫਿਰ ਸਾਨੂੰ ਆਉਣਾ ਪੈਂਦਾ 84 ਵਿੱਚ। ਜਿਹਦਾ ਦੇਣਾ ਹੁੰਦਾ ਉਹਦਾ ਦੇਣਾ ਹੁੰਦਾ, ਜਿਹਦਾ ਲੈਣਾ ਉਹਦੇ ਕੋਲੋਂ ਲੈਣਾ ਹੈਗਾ। ਇਹ ਸਾਡਾ ਕੰਮ ਚੱਲਦਾ ਰਹਿੰਦਾ, ਲੇਕਿਨ ਸਾਡਾ ਲੇਖਾ ਮੁੱਕਦਾ ਨਹੀਂ। ਮੁੱਕਣ ਦਾ ਇੱਕੋ ਹੀ ਤਰੀਕਾ, ਭਜਨ ਸਿਮਰਨ। ਉਹ ਵੀ ਭਜਨ ਸਿਮਰਨ ਵੀ ਕਿਸੇ ਸ਼ਬਦ ਅਭਿਆਸੀ ਮਹਾਂਪੁਰਖਾਂ ਦੇ ਪਾਸੋਂ ਸਾਨੂੰ ਯੁਗਤੀ ਮਿਲ ਜਾਏ ਅਤੇ ਤਰੀਕੇ ਨਾਲ ਅਸੀਂ ਕਰੀਏ, ਤਾਂ ਅਸੀਂ ਬਚ ਸਕਦੇ ਹਾਂ। ਹਾਂਜੀ। ਸਤਿਗੁਰ ਮਿਲੀਏ ਫੇਰ ਨਾ ਪਾਵੇ, ਜਨਮ ਮਰਨ ਦੁੱਖ ਜਾਏ। ਪੂਰੇ ਸ਼ਬਦ ਸਭ ਸੋਜੀ ਹੋਈ, ਹਰ ਨਾਮੇ ਰਹੇ ਸਮਾਏ। ਜਦੋਂ ਕੋਈ ਪੂਰੇ ਮਹਾਂਪੁਰਖ ਮਿਲ ਜਾਂਦੇ ਹੈ, ਉਹ ਸਾਨੂੰ ਤਰੀਕਾ ਦੱਸ ਦੇਣਗੇ। ਭਾਈ, ਉਹ ਤਰੀਕਾ, ਉਸ ਤਰੀਕੇ 'ਤੇ ਤੁਰਨ ਦੀ ਕੋਸ਼ਿਸ਼ ਕਰ। ਉਹ ਨਾਮ ਤੇਰੇ ਅੰਦਰ ਹੈ, ਉਹ ਸ਼ਕਤੀ, ਉਹ ਤਾਕਤ ਤੇਰੇ ਅੰਦਰ ਹੈ, ਉਹ ਬਾਹਰ ਨਹੀਂ। ਜਿਉਂ ਜਿਉਂ ਸਿੱਖ ਭਜਨ ਕਰਦਾ ਹੈ, ਇਹਦੀ ਤਮੱਜੋ ਅੰਦਰ ਨੂੰ ਜਾਣ ਨੂੰ ਸ਼ੁਰੂ ਹੁੰਦੀ ਹੈ, ਹੌਲੀ ਹੌਲੀ ਅੰਦਰ ਨੂੰ ਜਾਣ ਨੂੰ ਸ਼ੁਰੂ ਹੁੰਦੀ ਹੈ। ਜਿਸ ਤਰ੍ਹਾਂ ਕਿਸੇ ਦਰਖਤ ਦੀਆਂ ਜੜ੍ਹਾਂ ਵਧਣਾ ਸ਼ੁਰੂ ਹੋ ਜਾਂਦੀਆਂ, ਯਕਦਮ ਕੋਈ ਜੜ੍ਹ ਦਰਖਤ ਦੀ ਵੱਧਦੀ ਨਹੀਂ ਅਤੇ ਨਾ ਉਹ ਦਰਖਤ ਵੱਧਦਾ ਹੈ, ਇਸੇ ਤਰ੍ਹਾਂ ਆਸਤੇ ਆਸਤੇ ਵਧਣਾ ਸ਼ੁਰੂ ਹੋ ਜਾਂਦੀਆਂ
ਅਤੇ ਜਿਹੜਾ ਗੁਰਮੁਖ ਨਾਮ ਜਪਦਾ ਹੈ ਉਹਦੇ ਅੰਦਰ ਵੀ ਉਹ ਤਾਕਤ ਜਿਹੜੀ ਹੈ ਉਹ ਵਧਣਾ ਸ਼ੁਰੂ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਉਹ ਨਾਮ ਅੰਦਰ ਦੱਸ ਰਹੇ ਹੈ, ਜਦ ਸਾਡੀ ਤਵੱਜੋ ਨਾਮ ਨਾਲ ਲੱਗ ਜਾਏਗੀ ਤਾਂ ਸਾਡਾ ਲੈਣਾ ਦੇਣਾ ਮੁੱਕ ਜਾਏਗਾ, ਸਾਡਾ ਆਉਣਾ ਜਾਣਾ ਮੁੱਕ ਜਾਏਗਾ, ਇਹ 84 ਦਾ ਫੇਰ ਜਿਹੜਾ ਸਾਡਾ ਖਤਮ ਹੋ ਜਾਏਗਾ। ਹਾਂਜੀ, ਪੂਰੇ ਸ਼ਬਦ ਸਭ ਸੋਜੀ ਹੋਈ, ਹਰ ਨਾਮ ਰਹੇ ਸਮਾਏ, ਮਨ ਮੇਰੇ ਸਤਿਗੁਰ ਸਿਉਂ ਚਿਤ ਲਾਏ, ਮਨ ਮੇਰੇ ਸਤਿਗੁਰ ਸਿਉਂ ਚੇਤ ਲਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ, ਐ ਮਨ ਮੇਰੇ ਤੂੰ ਸਤਿਗੁਰ ਦੇ ਨਾਲ ਚੇਤ ਲਾ, ਤੂੰ ਆਪਣਾ ਧਿਆਨ ਜਿਹੜਾ ਸਤਿਗੁਰ ਦੇ ਚਰਨਾਂ ਵਿੱਚ ਰੱਖ। ਸਾਡਾ ਧਿਆਨ ਜਿਹੜਾ ਹੈ ਇਹ ਬਾਰ ਬਾਰ ਹੀ ਲੱਗਾ ਹੈ। ਕਈ ਵਾਰ ਅੱਗੇ ਵੀ ਦੱਸਿਆ ਕਿ ਸਾਈਂ ਬੋਲੇ ਸ਼ਾਹ ਨੂੰ ਬੇਸ਼ੱਕ ਸ਼ਾਹ ਨੈਤ ਨੇ ਫਤਵਾ ਲਗਾ ਦਿੱਤਾ ਸੀ ਕਿ 12 ਸਾਲ ਤੂੰ ਦਰਬਾਰ ਵਿੱਚ ਨਹੀਂ ਆ ਸਕਦਾ, ਪਰ ਸਾਈਂ ਬੋਲੇ ਸ਼ਾਹ ਦਾ ਧਿਆਨ ਜਿਹੜਾ ਸੀ ਉਹ 24 ਘੰਟੇ ਸ਼ਾਹ ਨੈਤ ਦੇ ਚਰਨਾਂ ਵਿੱਚ ਸੀ। ਕੰਜਰਾਂ ਦੇ ਘਰ ਰਹਿੰਦੇ ਹੋਈ ਵੀ ਉਹਦਾ ਧਿਆਨ ਜਿਹੜਾ ਸੀ ਉਹ 24 ਘੰਟੇ ਸ਼ਾਹ ਨੈਤ ਦੇ ਚਰਨਾਂ ਵੱਲ ਸੀ। ਆਖਰ 12 ਸਾਲ ਦੀ ਇੱਕ ਕਿਸਮ ਦੀ ਤਪੱਸਿਆ ਹੀ ਸੀ, ਬੇਸ਼ੱਕ ਉਸ ਨੂੰ ਫਤਵਾ ਲੱਗਾ ਲੇਕਿਨ ਉਹਦੀ ਉਹ ਤਪੱਸਿਆ ਹੀ ਹੋ ਗਈ। ਉਹਦਾ ਧਿਆਨ ਜਿਹੜਾ ਪਿਆਰ ਸੀ ਪੂਰਾ ਚਰਨਾਂ ਦੇ ਨਾਲ ਸੀ। ਇੱਕ ਦਿਨ ਉਸਦਾ ਕੰਮ ਬਣ ਗਿਆ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਿਹਾ, ਐ ਮਨ ਮੇਰੇ ਤੂੰ ਸਤਿਗੁਰ ਦੇ ਵੱਲ ਧਿਆਨ ਦੇ, ਆਪਣਾ ਧਿਆਨ ਉਸ ਪਾਸੇ ਰੱਖ। ਦੁਨੀਆ ਦੇ ਧਿਆਨ ਵਿੱਚੋਂ ਔਰ ਸਤਿਗੁਰ ਦੇ ਧਿਆਨ ਵਿੱਚ ਬੜਾ ਫਰਕ ਹੈ। ਦੁਨੀਆ ਦੇ ਧਿਆਨ ਵਿੱਚੋਂ ਸਾਨੂੰ ਦੁੱਖ ਮਿਲ ਸਕਦਾ ਹੈ ਔਰ ਸਤਿਗੁਰ ਦੇ ਧਿਆਨ ਵੱਲੋਂ ਸਾਨੂੰ ਸੁੱਖ ਮਿਲ ਸਕਦਾ ਹੈ। ਕਿਉਂ? ਉਹ ਸਾਨੂੰ ਸੁੱਖ ਦਾ ਰਸਤਾ ਦੱਸਦੇ ਹੈ, ਉਹ ਸੁੱਖ ਦਾ ਹੀ ਸਾਨੂੰ ਰਾਹ ਦੱਸਦੇ ਹੈ। ਦੁਨੀਆ ਦੇ ਧਿਆਨ ਵਿੱਚ ਸਾਨੂੰ ਦੁੱਖ ਦਾ ਹੀ ਰਸਤਾ ਮਿਲ ਸਕਦਾ ਹੈ, ਸੁੱਖ ਦਾ ਨਹੀਂ ਮਿਲ ਸਕਦਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਹੈ ਉਹ ਠੀਕ ਫਰਮਾ ਰਹੇ, ਉਹਨਾਂ ਦੇ ਤਜ਼ਰਬੇ ਹੈ ਸੰਤਾਂ ਦੇ। ਹਾਂਜੀ, ਮਨ ਮੇਰੇ ਸਤਿਗੁਰ ਸਿਉਂ ਚੇਤ ਲਾਏ, ਨਿਰਮਲ ਨਾਮ ਸਦ ਨਵ ਤਨੋ, ਆਪ ਵਸੈ ਮਨ ਆਏ। ਸੰਤਾਂ ਦੇ ਪਾਸ ਨਿਰਮਲ ਨਾਮ ਹੈ, ਉਹ ਮੈਲਾ ਨਾਮ ਨਹੀਂ। ਕਿਉਂ? ਆਪ ਨਿਰਮਲ ਹੈ ਔਰ ਉਹਨਾਂ ਦਾ ਬਚਨ ਵੀ ਨਿਰਮਲ ਹੈ। ਜੈਸੀ ਅਸੀਂ ਸੰਗਤ ਕਰਾਂਗੇ ਐਸਾ ਹੀ ਸਾਨੂੰ ਫਲ ਮਿਲਦਾ, ਐਸੀ ਯੁਕਤੀ ਮਿਲਦੀ ਹੈ। ਜੇ ਐਸੇ ਕਿਸੇ ਮਹਾਂਪੁਰਖਾਂ ਦੀ ਸੰਗਤ ਕਰਾਂਗੇ ਉਹ ਸਾਨੂੰ ਸਾਫ਼ ਪਵਿੱਤਰ ਨਾਮ ਦੇਣਗੇ ਔਰ ਉਹ ਨਾਮ ਜਪ ਕੇ ਅਸੀਂ ਵੀ ਇੱਕ ਦਿਨ ਪਵਿੱਤਰ ਹੋ ਜਾਵਾਂਗੇ।
ਔਰ ਅਸੀਂ ਆਪਣੇ ਦੇਸ਼ ਚਲੇ ਜਾਵਾਂਗੇ, ਸਾਡਾ ਆਉਣਾ ਜਾਣਾ ਜਿਹੜਾ ਮੁੱਕ ਜਾਏਗਾ। ਪਿਛਲੇ ਇਤਿਹਾਸ ਤੁਸੀਂ ਪੜ੍ਹ ਕੇ ਦੇਖੋ, ਜਿਨ੍ਹਾਂ ਜਿਨ੍ਹਾਂ ਨੇ ਨਿਰਮਲ ਨਾਮ ਸੰਤਾਂ ਮਹਾਂਪੁਰਖਾਂ ਕੋਲੋਂ ਲੈ ਕੇ ਦਿਨ ਰਾਤ ਮਿਹਨਤ ਕੀਤੀ ਹੈ, ਕਿ ਉਹ ਸਾਫ਼ ਨਹੀਂ ਹੋਏ, ਉਹ ਪਵਿੱਤਰ ਨਹੀਂ ਹੋ ਗਏ, ਉਹ ਵੀ ਇੱਕ ਦਿਨ ਆਪਣੇ ਮਾਲਕ ਦੇ ਪਾਸ ਚਲੇ ਗਏ, ਇੱਕ ਦਿਨ ਆਪਣੇ ਘਰ ਪਹੁੰਚ ਗਏ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਜਦ ਅਸੀਂ ਕਿਸੇ ਮਹਾਂਪੁਰਖਾਂ ਦੇ ਪਾਸ ਜਾਵਾਂਗੇ, ਉਹ ਸਾਨੂੰ ਸਾਫ਼ ਪਵਿੱਤਰ ਨਾਮ ਦੇ ਦੇਣਗੇ ਅਤੇ ਕਹਿਣਗੇ, ਭਾਈ ਨਾਮ ਜਪ, ਮਿਹਨਤ ਕਰ। ਮਿਹਨਤ ਦੀ ਬੜੀ ਜ਼ਰੂਰਤ ਹੈ ਹਰ ਕੰਮ ਦੇ ਵਿੱਚ, ਮਿਹਨਤ ਜਿਹੜੀ ਕੰਮ ਦਿੰਦੀ ਹੈ। ਕੋਈ ਦੁਨੀਆ ਦਾ ਕੰਮ ਤੁਸੀਂ ਕਰ ਲਓ, ਜੇ ਉਹਦੇ ਵਿੱਚ ਮਿਹਨਤ ਨਾ ਕਰੋ ਦਿਲੋਂ, ਤਾਂ ਉਹਦੇ ਵਿੱਚੋਂ ਕੋਈ ਫਾਇਦਾ ਨਹੀਂ ਹੋ ਸਕਦਾ। ਜੇ ਭਜਨ ਸਿਮਰਨ ਵੀ ਜਿਹੜਾ ਹੈ ਅਸੀਂ ਮਿਹਨਤ ਨਾ ਕਰਾਂਗੇ, ਤਾਂ ਫਿਰ ਇਹਦੇ ਵਿੱਚੋਂ ਵੀ ਸਾਨੂੰ ਕੋਈ ਫਾਇਦਾ ਨਹੀਂ ਹੋ ਸਕਦਾ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਦਵਾਈ ਡਾਕਟਰ ਤੋਂ ਲੈ ਕੇ ਕਿਸੇ ਆਲੇ 'ਚ ਰੱਖ ਦਿਓ, ਖਾਓ ਨਾ, ਅਤੇ ਡਾਕਟਰ ਨੂੰ ਤੁਸੀਂ ਲਾਹਮੇ ਦਿਓਗੇ ਕਿ ਸਾਡੀ ਬਿਮਾਰੀ ਨਹੀਂ ਗਈ, ਤਾਂ ਬਿਮਾਰੀ ਕਿਸ ਤਰ੍ਹਾਂ ਜਾ ਸਕਦੀ, ਡਾਕਟਰ ਕੀ ਕਰੇਗਾ ਉੱਥੇ। ਇਸੇ ਤਰ੍ਹਾਂ ਅਸੀਂ ਉਸ ਨਾਮ ਦਾ ਜਾਪ ਕਰਨਾ, ਜਿਸ ਤਰ੍ਹਾਂ ਵੀ ਸਾਨੂੰ ਸੰਤ ਮਹਾਂਪੁਰਖ ਦੱਸਣ, ਉਸ ਤਰੀਕੇ ਨਾਲ ਅਸੀਂ ਤੁਰਨ ਦੀ ਕੋਸ਼ਿਸ਼ ਕਰੀਏ, ਔਰ ਇੱਕ ਦਿਨ ਜ਼ਰੂਰ ਅਸੀਂ ਆਪਣੀ ਮਜ਼ਲੇ ਮਕਸੂਦ 'ਤੇ ਪਹੁੰਚ ਜਾਵਾਂਗੇ। ਹਾਂਜੀ, ਨਿਰਮਲ ਨਾਮ ਸਦ ਨਵ ਤਨੋ ਆਪ ਵਸੈ ਮਨ ਆਏ, ਹਰ ਜਿਉ ਰਾਖੋ ਆਪਣੀ ਸਰਣਾਈ, ਜਿਉ ਰਾਖੋ ਤਿਉਂ ਰਹਿਣਾ। ਦੇਖੋ ਸੰਤਾਂ ਦਾ ਪਿਆਰ, ਗੁਰੂ ਸਾਹਿਬ ਜੀ ਫਰਮਾ ਰਹੇ ਹੈ, ਹੈ ਮੇਰੇ ਮਾਲਕ ਤੁਸੀਂ ਆਪਣੀ ਸ਼ਰਨ ਵਿੱਚ ਸਾਨੂੰ ਰੱਖੋ। ਇਹ ਮੰਗ ਰਹੇ ਹੈ ਕਿ ਆਪਣੀ ਸ਼ਰਨ ਵਿੱਚ ਰੱਖੋ, ਜਦੋਂ ਤੁਸੀਂ ਰੱਖੋਗੇ ਅਸੀਂ ਇਸੇ ਤਰ੍ਹਾਂ ਰਵਾਂਗੇ, ਜੋ ਸਾਨੂੰ ਤੁਸੀਂ ਕੰਮ ਦੱਸੋਗੇ ਅਸੀਂ ਉਹ ਕਰਾਂਗੇ, ਤੁਸੀਂ ਸਾਡੇ 'ਤੇ ਕਿਰਪਾ ਕਰੋ। ਉਹਨਾਂ ਕੋਈ ਦੁਨੀਆ ਦੀ ਮਾਣ ਵਡਿਆਈ ਨਹੀਂ ਮੰਗੀ, ਧਨ ਪਦਾਰਥ ਨਹੀਂ ਮੰਗਿਆ, ਔਰ ਕੋਈ ਦੁਨੀਆ ਦੀ ਚੀਜ਼ ਨਹੀਂ ਮੰਗੀ। ਕੀ ਮੰਗਿਆ? ਕਿ ਐ ਮੇਰੇ ਮਾਲਕ ਆਪਣੀ ਸ਼ਰਨ ਵਿੱਚ ਰੱਖ, ਔਰ ਜਿਸ ਤਰ੍ਹਾਂ ਵੀ ਤੁਸੀਂ ਸਾਨੂੰ ਰੱਖੋਗੇ ਅਸੀਂ ਰਵਾਂਗੇ। ਦੇਖੋ ਕਿਤਨਾ ਪਿਆਰ ਹੈ ਮਹਾਂਪੁਰਖਾਂ ਦਾ, ਔਰ ਕੋਈ ਨਾਸ਼ਵਾਨ ਚੀਜ਼ ਦੁਨੀਆ ਦੀ ਮੰਗਦੇ ਨਹੀਂ। ਹਾਂਜੀ, ਹਰ ਜਿਉ ਰਾਖੋ ਆਪਣੀ ਸਰਣਾਈ, ਜਿਉ ਰਾਖੋ ਤਿਉ ਰਹਿਣਾ, ਗੁਰ ਕੇ ਸ਼ਬਦ ਜੀਵਤ ਮਰੇ, ਗੁਰਮੁਖ ਪਵ ਜਲ ਤਰਣਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਗੁਰ ਕੇ ਸ਼ਬਦ ਜੀਵਤ ਮਰਨਾ। ਜੀਵਤ ਅਸੀਂ ਕੀ ਮਰਨਾ ਹੈ? ਕਿ ਸਾਡੀਆਂ ਜਿਹੜੀਆਂ ਦੁਨੀਆ ਦੀਆਂ ਖਾਹਿਸ਼ਾਂ ਨੇ,
ਇਹ ਖਾਹਿਸ਼ਾਂ ਅਸੀਂ ਖਤਮ ਕਰਨੀਆਂ ਨੇ। ਜਦੋਂ ਦੁਨੀਆ ਦੀਆਂ ਖਾਹਿਸ਼ਾਂ ਖਤਮ ਹੋ ਗਈਆਂ, ਅਸੀਂ ਦੁਨੀਆ ਵੱਲੋਂ ਮਰ ਗਏ ਔਰ ਦੂਸਰੇ ਪਾਸੇ ਅਸੀਂ ਜਿੰਦੇ ਹੋ ਗਏ। ਸਾਡਾ ਪਿਆਰ ਜਿਹੜਾ ਉਹ ਸ਼ਬਦ ਨਾਲ ਲੱਗ ਜਾਏਗਾ। ਇਹ ਸਾਡੀਆਂ ਖਾਹਿਸ਼ਾਂ ਜਿਹੜੀਆਂ ਦੁਨੀਆ ਦੀਆਂ, ਇਹ ਸ਼ਬਦ ਨਾਲ ਪਿਆਰ ਨਹੀਂ ਲੱਗਣ ਦਿੰਦੀਆਂ। ਇਹਨਾਂ ਦੇ ਵਿੱਚ ਹੀ ਸਾਡੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਨਾ ਇਹ ਖਾਹਿਸ਼ਾਂ ਮੁੱਕ ਸਕਦੀਆਂ ਨੇ, ਨਾ ਹੀ ਸਾਡਾ ਕੰਮ ਹੁੰਦਾ ਹੈ। ਤੁਸੀਂ 100 ਸਾਲ ਦੇ ਬੰਦੇ ਨੂੰ ਪੁੱਛੋ ਕਿ ਕਿਆ ਤੇਰੀਆਂ ਖਾਹਿਸ਼ਾਂ ਪੂਰੀਆਂ ਹੋਈਆਂ ਨੇ, ਉਹ ਵੀ ਜਵਾਬ ਦੇਗਾ ਕਿ ਨਹੀਂ। ਇੱਕ ਫਕੀਰ ਨੇ ਬੜਾ ਸੋਹਣਾ ਫਰਮਾਇਆ ਕਿ ਦੁਨੀਆ ਦੀ ਚਾਦਰ ਐਸੀ ਹੈ, ਜੇ ਸਿਰ ਖੱਟੋ ਤਾਂ ਪੈਰ ਨੰਗੇ ਹੈ, ਜੇ ਪੈਰ ਖੱਟੋ ਤਾਂ ਸਿਰ ਨੰਗਾ। ਇਸ ਨੂੰ ਪੂਰੀ ਕਰਦਿਆਂ ਕਰਦਿਆਂ ਬੜੇ ਬੜੇ ਦੁਨੀਆ ਤੋਂ ਚਲਾ ਗਏ ਹੈ, ਇਹ ਪੂਰੀ ਕਿਸੇ ਦੀ ਹੋਈ ਨਹੀਂ। ਇਹ ਫਕੀਰ ਇਹਨਾਂ ਖਾਹਿਸ਼ਾਂ ਨੂੰ ਖਤਮ ਕਰਦੇ ਹੈ ਔਰ ਇੱਕ ਖਾਹਿਸ਼ ਰੱਖਦੇ ਹੈ ਈਸ਼ਵਰ ਦੇ ਮਿਲਣ ਦੀ, ਉਹ ਨਾਮ ਜਪਦੇ ਹੈ। ਇਹੀ ਖਾਹਿਸ਼ ਰੱਖਦੇ ਹੈ ਕਿ ਐ ਮਾਲਕ ਤੂੰ ਸਾਨੂੰ ਮਿਲ, ਸਾਡੇ 'ਤੇ ਦਇਆ ਕਰ, ਮਿਹਰ ਕਰ। ਚਲਦੇ ਫਿਰਦੇ, ਉੱਠਦੇ ਬਹਿੰਦੇ ਸੌਂਦੇ, ਉਹਨਾਂ ਦੀ ਫਰਿਆਦ ਇਹੀ ਹੁੰਦੀ ਹੈ ਕਿ ਹੈ ਮਾਲਕ ਸਾਡੇ 'ਤੇ ਦਇਆ ਕਰ। ਸਾਰੇ ਫਕੀਰ ਜਿਤਨੇ ਵੀ ਦੁਨੀਆ 'ਤੇ ਆਏ ਹੈ ਉਹਨਾਂ ਨੇ ਇਹੀ ਮੰਗਿਆ, ਉਹਨਾਂ ਹੋਰ ਕੁਛ ਨਹੀਂ ਮੰਗਿਆ। ਇਹ ਸਭ ਤੋਂ ਉੱਚੀ ਵਸਤੂ ਹੈ। ਹਾਂਜੀ, ਗੁਰ ਕੈ ਸ਼ਬਦ ਜੀਵਤ ਮਹਾਰੇ, ਗੁਰਮੁਖ ਪਾਵ ਜਲ ਤਰਣਾ। ਇਹ ਬਾਣੀ 'ਚ ਫਰਮਾਇਆ, ਆਪ ਗੁਆਏ ਤਾਂ ਸ਼ਉ ਪਾਏ। ਆਪਣੇ ਆਪ ਨੂੰ ਇਹ ਗੁਆਏਗਾ, ਫਿਰ ਉਸ ਪਰਮਾਤਮਾ ਨੂੰ ਪਾਏਗਾ। ਇਹ ਰਸ ਜਾਵਤ, ਉਹ ਰਸ ਆਵਤ, ਉਹ ਰਸ ਆਵਾ, ਇਹ ਰਸ ਮੋਲ ਨਹੀਂ ਪਾਵਾ। ਇਹ ਦੁਨੀਆ ਦੇ ਰਸਾਂ ਕਸਾਂ ਵਿੱਚ ਜਿਹੜੇ ਅਸੀਂ ਫਸੇ ਹਾਂ, ਜਿਤਨੇ ਚਿਰ ਅਸੀਂ ਇਹਨਾਂ 'ਚੋਂ ਨਿਕਲਦੇ ਨਹੀਂ, ਸਾਨੂੰ ਅੰਦਰਲਾ ਰਸ ਨਹੀਂ ਆਉਂਦਾ। ਜਦੋਂ ਜਿਸ ਫਕੀਰ ਨੂੰ ਅੰਦਰੋਂ ਰਸ ਆ ਜਾਂਦਾ ਹੈ, ਉਹ ਦੂਜੇ ਰਸਾਂ ਵੱਲ ਧਿਆਨ ਨਹੀਂ ਦਿੰਦਾ। ਉਹ ਰਸ ਆਵਾ, ਇਹ ਰਸ ਮੋਲ ਨਾ ਪਾਵਾ, ਫਿਰ ਇਹਨਾਂ ਰਸਾਂ ਦੀ ਉਹਨਾਂ ਨੂੰ ਕੋਈ ਸ਼ੌਕ ਨਹੀਂ ਰਹਿੰਦੀ, ਇਹਨਾਂ ਵੱਲ ਕੋਈ ਧਿਆਨ ਨਹੀਂ ਉਹਨਾਂ ਦਾ ਰਹਿੰਦਾ। ਉਹ ਵਰਾਏ ਨਾਮ ਦੁਨੀਆ 'ਤੇ ਵਰਤਾਓ ਕਰਦੇ ਹੈਗੇ। ਇਹ ਦੁਨੀਆ ਦਾ ਮਰਨ ਹੈ। ਹਾਲੇ ਵੀ ਦੱਸਿਆ ਕਿ ਕੁਰਾਨ ਸ਼ਰੀਫ ਦੇ ਵਿੱਚ ਵੀ ਲਿਖਿਆ ਹੈ ਕਿ ਅੱਲਾਹ ਤਾਲਾ ਮਾਰੇਗਾ, ਮਾਰ ਕੇ ਜਵਾਏਗਾ, ਫਿਰ ਨਹੀਂ ਵੱਤ ਮਾਰੇਗਾ। ਕਿਸ ਤਰ੍ਹਾਂ ਮਾਰੇਗਾ ਕਿ ਸਾਡੀਆਂ ਖਾਹਿਸ਼ਾਂ ਜਿਹੜੀਆਂ ਖਤਮ ਹੋਣਗੀਆਂ। ਜਿਸ ਦਰਖਤ ਦੀਆਂ ਸ਼ਾਖਾਂ ਟੁੱਟ ਜਾਣ, ਥੱਲਿਓਂ ਜੜ੍ਹਾਂ ਕੱਟੀਆਂ ਜਾਣ, ਉਹ ਦਰਖਤ ਖੜ੍ਹਾ ਨਹੀਂ ਰਹਿ ਸਕਦਾ, ਉਹ ਆਖਰ ਗਿਰ ਜਾਏਗਾ। ਇਸੇ ਤਰ੍ਹਾਂ ਅਗਰ ਸਾਡੀਆਂ ਖਾਹਿਸ਼ਾਂ ਜਿਹੜੀਆਂ ਨੇ, ਇਹ ਵਰਾਏ ਨਾਮ ਰਹਿ ਜਾਣਗੀਆਂ, ਤਾਂ ਸਾਡੀ ਅਸਲੀ ਖਾਹਿਸ਼ ਜਿਹੜੀ ਇਹ ਸ਼ਬਦ ਨਾਲ ਲੱਗ ਜਾਏਗੀ, ਸ਼ਬਦ ਨਾਲ ਸਾਡਾ ਪਿਆਰ ਲੱਗ ਜਾਏਗਾ। ਉਹ ਸ਼ਬਦ ਹੀ ਸਾਨੂੰ ਆਪਣੇ ਦੇਸ਼ ਲੈ ਸਕਦਾ ਹੈ, ਔਰ ਕੋਈ ਸ਼ਕਤੀ ਨਹੀਂ। ਉਸ ਦੇ ਜ਼ਰੀਏ ਹੀ ਅਸੀਂ ਆਪਣੇ ਦੇਸ਼ ਜਾ ਸਕਦੇ ਹਾਂ।
ਉਹ 24 ਘੰਟੇ ਸਾਡੇ ਅੰਦਰ ਆ ਰਿਹਾ, ਉਹ ਸਾਨੂੰ ਬਾਹਰੋਂ ਨਹੀਂ ਮਿਲਣਾ, ਮੁੱਲ ਨਹੀਂ ਮਿਲ ਸਕਦਾ, ਅਕਲ ਨਾਲ ਨਹੀਂ ਮਿਲ ਸਕਦਾ, ਕਿਸੇ ਦਰਿਆਵਾਂ ਪਹਾੜਾਂ ਜੰਗਲਾਂ 'ਚੋਂ ਨਹੀਂ ਮਿਲ ਸਕਦਾ, ਉਹ ਸਾਡੇ ਅੰਦਰ ਹੈ। ਅਸੀਂ ਉਸ ਤਾਕਤ ਨੂੰ ਬਾਹਰ ਲੱਭਦੇ ਫਿਰਦੇ ਹਾਂ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ, ਮਿਰਗ ਦੀ ਨਾਭੀ ਵਿੱਚ ਕਸਤੂਰੀ ਦੀ ਵਾਸ਼ਨਾ, ਸਾਰੇ ਜੰਗਲ ਦੇ ਵਿੱਚ ਉਹ ਭੌਂਦਾ ਫਿਰਦਾ ਹੈ ਉਸ ਵਾਸ਼ਨਾ ਵਾਸਤੇ, ਵਾਸ਼ਨਾ ਉਹਦੇ ਵਿੱਚੋਂ ਆ ਰਹੀ ਹੈ, ਲੇਕਿਨ ਉਹ ਜੰਗਲ 'ਚ ਹੀ ਦੌੜਦਾ ਫਿਰਦਾ ਵੀ ਵਾਸ਼ਨਾ ਹੈ ਕਿੱਧਰ ਹੈ, ਉਹਨੂੰ ਪਤਾ ਨਹੀਂ ਕਿ ਮੇਰੇ ਅੰਦਰ ਹੈ। ਉਹ ਸਭ ਕੁਝ ਸਾਡੇ ਅੰਦਰ ਹੈ, ਲੇਕਿਨ ਅਸੀਂ ਵੀ ਧੱਕੇ ਖਾਂਦੇ ਫਿਰਦੇ ਹਾਂ ਬਾਹਰ ਉਹ ਚੀਜ਼ ਨੂੰ ਲੱਭਣ ਵਾਸਤੇ। ਪਰ ਜਿਹੜੇ ਸ਼ਬਦ ਵਿਆਸੀ ਮਹਾਂਪੁਰਖ ਨੇ ਜਸਤ ਵਾਲੇ, ਉਹ ਸਾਨੂੰ ਬਾਹਰ ਨਹੀਂ ਭੜਕਾਉਂਦੇ, ਉਹ ਕਹਿੰਦੇ ਨਹੀਂ ਤੇਰੇ ਅੰਦਰ ਸਭ ਕੁਛ, ਅੰਦਰ ਮੈਂ ਸਭ ਕੁਝ ਮਾਹੀ, ਬਾਹਰ ਢੂੰਡੇ ਸੋ ਭਰਮ ਭੁਲਾਈ। ਹੈ ਪੁਰਸ਼ ਤੇਰੇ ਅੰਦਰ ਸਭ ਕੁਛ ਹੈ, ਜਿਹੜਾ ਤੂੰ ਬਾਹਰ ਲੱਭਦਾ ਹੈ ਇਹ ਸਾਰਾ ਭਰਮ ਹੈ, ਬਾਹਰੋਂ ਤੈਨੂੰ ਕੁਛ ਨਹੀਂ ਲੱਭਣਾ, ਤੂੰ ਅੰਦਰ ਧਿਆਨ ਦੇ। ਜਿਹੜੇ ਸ਼ਬਦ ਵਿਆਸੀ ਮਹਾਂਪੁਰਖ ਨੇ ਉਹ ਸਾਨੂੰ ਇਹੀ ਸਿੱਖਿਆ ਦੇਣਗੇ ਕਿ ਆਪਣਾ ਧਿਆਨ ਅੰਦਰ ਵੱਲ ਦੇ, ਅੰਦਰ ਵੱਲ ਧਿਆਨ ਦੇ। ਲੇਕਿਨ ਬਾਹਰੋਂ ਬਾਹਰ ਸਾਡਾ ਧਿਆਨ ਬਾਹਰ ਜਾਂਦਾ ਹੈ। ਨੌ ਦਰਵਾਜ਼ੇ ਨਵੇਂ ਦਰ ਫਿੱਕੇ, ਰਸ ਅੰਮ੍ਰਿਤ ਦਸਵੇਂ ਚੂਝੇ। ਨਵਾਂ ਦਰਵਾਜ਼ਿਆਂ ਵੱਲ ਹੀ ਸਾਡਾ ਧਿਆਨ ਜਾਂਦਾ ਹੈ, ਬਾਹਰੋਂ ਬਾਹਰ ਜਾਂਦਾ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਆ ਇਹਨਾਂ ਦੇ ਰਸ ਫਿੱਕੇ ਹੈ, ਉਹ ਜਿਹੜਾ ਅਸਲੀ ਰਸ ਹੈ ਉੱਪਰ ਹੈ ਦਸਵੇਂ ਜਾ ਕੇ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਇਸ ਦੁਨੀਆ ਵੱਲੋਂ ਅਸੀਂ ਜਦੋਂ ਵੀ ਪ੍ਰਾਮ ਹੋਵਾਂਗੇ, ਸਾਡੀਆਂ ਖਾਹਿਸ਼ਾਂ ਜਿਹੜੀਆਂ ਅਸੀਂ ਵਰਾਏ ਨਾਮ ਰੱਖਾਂਗੇ, ਇਹ ਦੁਨੀਆ ਵੱਲੋਂ ਅਸੀਂ ਮਰ ਜਾਵਾਂਗੇ, ਔਰ ਦੂਸਰੇ ਪਾਸੇ ਅਸੀਂ ਜਿੰਦਾ ਸ਼ਬਦ ਹੈ, ਸ਼ਬਦ ਨਾਲ ਸਾਡਾ ਪਿਆਰ ਹੋ ਜਾਏਗਾ, ਅਸੀਂ ਜਿੰਦੇ ਹੋ ਜਾਵਾਂਗੇ। ਹਾਂਜੀ, ਗੁਰ ਕੈ ਸ਼ਬਦ ਜੀਵਤ ਮਰੇ, ਗੁਰਮੁਖ ਪਾਵ ਜਲ ਤਰਣਾ, ਵੱਡੇ ਭਾਗ ਨਾਉ ਪਾਈਏ, ਗੁਰਮਤ ਸ਼ਬਦ ਸੁਹਾਈ। ਗੁਰੂ ਸਾਹਿਬ ਜੀ ਭਾਗਾਂ ਦੇ ਬਾਰੇ ਦੱਸ ਰਹੇ ਆ ਕਿ ਬੜੇ ਭਾਗ ਜੀਵ ਦੇ ਹੋਣਗੇ ਅਤੇ ਇਹ ਉਸ ਨਾਮ ਨੂੰ ਪਾਏਗਾ। ਉਹ ਨਾਮ ਸਾਡੇ ਅੰਦਰ ਹੈ, ਬਾਹਰ ਨਹੀਂ। ਬੜੇ ਸਾਡੇ ਕਰਮ ਹੋਣਗੇ, ਪਰ ਕਰਮ ਕਈ ਵਾਰ ਅੱਗੇ ਵੀ ਦੱਸਿਆ ਹੈ, ਕਰਮ ਨਾ ਕਰਨ ਦਾ ਹੈ। ਅਸੀਂ ਕਰਮ ਕਰਾਂਗੇ, ਸਾਡਾ ਕਰਮ ਬਣਨਾ ਸ਼ੁਰੂ ਹੋ ਜਾਏਗਾ, ਸਾਡਾ ਭਾਗ ਬਣਨਾ ਸ਼ੁਰੂ ਹੋ ਜਾਏਗਾ। ਜੇ ਅਸੀਂ ਕਰਾਂਗੇ ਕੁਛ ਨਹੀਂ, ਸਾਡਾ ਭਾਗ ਨਹੀਂ ਬਣੇਗਾ। ਕੋਈ ਵੀ ਦੁਨੀਆ ਦਾ ਕੰਮ ਹੈ, ਜੇ ਅਸੀਂ ਕਰਦੇ ਹਾਂ ਤਾਂ ਉਹ ਕੰਮ ਦੇ ਵਿੱਚੋਂ ਸਾਨੂੰ ਫਾਇਦਾ ਹੁੰਦਾ ਹੈ, ਜੇ ਅਸੀਂ ਨਹੀਂ ਕਰਦੇ ਤਾਂ ਫਾਇਦਾ ਕੋਈ ਵੀ ਨਹੀਂ ਹੁੰਦਾ। ਇਸ ਵਾਸਤੇ ਅਸੀਂ ਨਾਮ ਜਪਾਂਗੇ, ਨਾਲ ਨਾਲ ਸਾਡਾ ਕਰਮ ਬਣਨਾ ਸ਼ੁਰੂ ਹੋ ਜਾਏਗਾ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਵੀ ਕਿਸੇ ਵੀ ਮਜ਼ਲ 'ਤੇ ਇਸ ਨੇ ਜਾਣਾ ਹੈ, ਇਹ ਤੁਰ ਪਏ, ਤੁਰ ਪਵੇ, ਹੌਲੀ ਹੌਲੀ ਤੁਰ ਪਏ, ਇੱਕ ਦਿਨ ਇਹ ਪਹੁੰਚ ਜਾਏਗਾ। ਪਰ ਜੇ ਬੈਠਾ ਰਹੇ ਤਾਂ ਫਿਰ ਨਹੀਂ ਇਹ ਪਹੁੰਚ ਸਕਦਾ, ਫਿਰ ਇਹ ਜਾ ਨਹੀਂ ਸਕਦਾ। ਪਰ ਜੇ ਤੁਰ ਪਏਗਾ
ਤਾਂ ਫਿਰ ਭਾਵੇਂ ਲੇਟ ਪਹੁੰਚੇਗਾ, ਜ਼ਰੂਰ ਪਹੁੰਚ ਜਾਏਗਾ। ਇਸੇ ਤਰ੍ਹਾਂ ਅਸੀਂ ਭਾਗ ਬਣਾਉਣ ਲੱਗੀਏ ਤਾਂ ਸਾਡਾ ਭਾਗ ਬਣ ਜਾਏਗਾ। ਜੇ ਭਾਗ ਨਾ ਅਸੀਂ ਉਹ ਕੰਮ ਨਹੀਂ ਕਰਾਂਗੇ ਤਾਂ ਸਾਡਾ ਭਾਗ ਕਿੱਦਾਂ ਬਣੇਗਾ? ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਹਾਂਜੀ, ਵੱਡੇ ਭਾਗ ਨਾਉ ਪਾਈਏ, ਗੁਰਮਤ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਹਾ ਸਮਾਈ। ਗੁਰੂ ਸਾਹਿਬ ਜੀ ਬੜੇ ਤਰੀਕੇ ਨਾਲ ਸਾਨੂੰ ਸਮਝਾ ਰਹੇ ਹੈ ਕਿ ਜਲਦਬਾਜ਼ੀ ਦਾ ਕੰਮ ਨਹੀਂ ਹੈ। ਇਸ ਪਰਮਾਰਥ ਦੇ ਵਿੱਚ ਐਸੀ ਚਾਲ ਬੰਦੇ ਨੇ ਫੜਨੀ ਹੈ ਕਿ ਇਸ ਨੇ ਥੱਕਣਾ ਨਹੀਂ, ਅੱਕਣਾ ਨਹੀਂ, ਪਰੇਸ਼ਾਨ ਨਹੀਂ ਹੋਣਾ। ਇਸ ਨੇ ਹੌਲੀ ਹੌਲੀ ਤੁਰਨ ਦੀ ਕੋਸ਼ਿਸ਼ ਕਰਨੀ ਔਰ ਸਹਿਜੇ 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 ਸਾਡਾ ਕਰਮ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ। ਇਹ ਜਲਦਬਾਜ਼ੀ ਦਾ ਕੰਮ ਨਹੀਂ। ਗੁਰੂ ਸਾਹਿਬ ਜੀ ਸਭ ਕੁਝ ਦੱਸ ਰਹੇ ਹੈ, ਸਾਨੂੰ ਸਮਝਾ ਰਹੇ ਹੈ ਕਿ ਉਹ ਤੇਰਾ ਭਾਗ ਜਿਹੜਾ, ਤੇਰਾ ਕਰਮ ਜਿਹੜਾ ਉਹ ਸਹਿਜੇ ਸਹਿਜੇ ਬਣੇਗਾ। ਪਰ ਦੇਖੀ ਕਿਤੇ ਅੱਕ ਨਾ ਜਾਈਂ, ਥੱਕ ਨਾ ਜਾਈਂ, ਤੁਰੀ ਜਾਈਂ ਤੁਰੀ ਜਾਈਂ। ਬਾਣੀ 'ਚ ਲਿਖਿਆ, ਸਾਧ ਕੋ ਮਿਲ ਜਾਈਏ, ਸਾਥ ਨਾ ਲੀਜੇ ਕੋਈ, ਪਿੱਛੇ ਪਾਉ ਨਾ ਦੀਜੀਏ, ਅੱਗੇ ਹੋਏ ਤਾਂ ਹੋਏ। ਕਿ ਪਿੱਛੇ ਪੈਰ ਨਾ ਦੇ, ਦੇਖੀ ਕਿਤੇ ਖਲੋਵੀ ਨਾ, ਤੇਰਾ ਕਦਮ ਅੱਗੇ ਹੋਣਾ ਚਾਹੀਦਾ। ਜਿਹੜੇ ਵੀ ਜਦੋਂ ਅੰਦਰ ਪਿਆਰ ਆ ਜਾਂਦਾ ਹੈ ਤਾਂ ਉਹ ਫਿਰ ਨਹੀਂ ਖਲੋਂਦੇ। ਜਿਹਨਾਂ ਦੀ ਬਾਣੀ ਅਸੀਂ ਪੜ੍ਹ ਰਹੇ ਹਾਂ, ਜਦ ਉਹਨਾਂ ਨੂੰ ਸਮਝ ਆਈ ਸੀ, ਪਤਾ ਲੱਗਾ ਸੀ, ਤਾਂ ਫਿਰ ਉਹ ਖਲੋਤੇ ਨਹੀਂ ਹੈਗੇ। ਉਸੇ ਲੜਕੀ ਨੂੰ ਜਿਹਦੇ ਪਾਸੋਂ ਉਹਨਾਂ ਨੂੰ ਜਾਣਕਾਰੀ ਹੋਈ, ਉਸੇ ਦੇ ਅੱਗੇ ਉਹਨਾਂ ਕਿਹਾ ਕਿ ਤੂੰ ਆਪਣੇ ਪਿਤਾ ਦੇ ਪਾਸ ਸਾਨੂੰ ਲੈ ਚੱਲ, ਹੁਣ ਅਸੀਂ ਰਹਿ ਨਹੀਂ ਸਕਦੇ, ਜਲਦੀ ਤੂੰ ਜਲਦੀ ਲੈ ਚੱਲ। ਜਦੋਂ ਬੰਦੇ ਦੇ ਅੰਦਰ ਪਿਆਰ ਆ ਜਾਏ ਫਿਰ ਨਹੀਂ ਉਹ ਰੁਕ ਸਕਦਾ, ਕਿਉਂਕਿ ਪਿਆਰ ਇੱਕ ਦਰਿਆ ਦੀ ਲਹਿਰ ਹੈ। ਜਿਸ ਤਰ੍ਹਾਂ ਦਰਿਆਵਾਂ ਦੇ ਵਿੱਚ ਹਾੜ ਆਉਂਦਾ ਹੈ ਤਾਂ ਉਹਨੂੰ ਕੌਣ ਰੋਕ ਸਕਦਾ ਹੈਗਾ? ਇਹਨੂੰ ਕੋਈ ਨਹੀਂ ਰੋਕ ਸਕਦਾ। ਹਜ਼ਰਤ ਬਹੂ ਸਾਹਿਬ ਨੇ ਵੀ ਬਾਣੀ 'ਚ ਫਰਮਾਇਆ ਹੈ, ਜਦ ਤੇਰੇ ਅੰਦਰ ਉਹ ਵਿਰਿਆਂ ਦਾ ਪਿਆਰ ਆਉਂਦਾ ਹੈ, ਦੂਰ ਕਰ ਜਗਤ ਕੀ ਕਾਏ, ਅਤੇ ਜਗਤ ਦੀ ਦੋਸਤੀ ਜਿਹੜੀ ਹੈ ਹੋਰਨ ਉਸ ਨੂੰ ਦੂਰ ਕਰ ਦੇ। ਜਦ ਤੇਰੇ ਅੰਦਰੋਂ ਲਹਿਰ ਆਉਂਦੀ ਹੈ ਤਾਂ ਦੇਖੀ ਕਿਤੇ ਉਹ ਜਗਤ ਵਿੱਚ ਉਹਨੂੰ ਮਿਕਸ ਨਾ ਕਰ ਦਈਂ, ਉਹਨੂੰ ਤਸਕੀਮ ਉਸ ਪਾਸੇ ਨਾ ਕਰ ਦਈਂ। ਜੇ ਉੱਧਰ ਤਸਕੀਮ ਹੋ ਗਈ ਤੇਰੇ ਪੱਲੇ ਕੁਛ ਨਹੀਂ ਰਹਿਣਾ। ਉਹਨੂੰ ਅੰਦਰ ਆਪਣੇ ਬਿਠਾਈ, ਅੰਦਰ ਜਜ਼ਬ ਕਰੀ, ਦੇਖੀ ਕਿਤੇ ਬਾਹਰ ਨਾ ਚਲਾ ਜਾਏ। ਉਹ ਲਹਿਰ ਜਿਹੜੀ ਹੈ ਆਉਂਦੀ ਸਾਰਿਆਂ 'ਚ ਹੈ, ਕੋਈ ਇਨਸਾਨ ਦੁਨੀਆ ਦਾ ਨਹੀਂ ਜਿਹਦੇ ਅੰਦਰੋਂ ਪਿਆਰ ਨਹੀਂ ਆਉਂਦਾ। ਪਿਆਰ ਸਾਡੇ ਸਾਰਿਆਂ 'ਚ ਆਉਂਦਾ ਹੈ, ਸਾਡਾ ਪਿਆਰ ਵੰਡਿਆ ਜਾਂਦਾ। ਕਦੀ ਪਿਆਰ ਸਾਡਾ ਕਿਸੇ ਫਸਲਾਂ 'ਚ ਲੱਗ ਜਾਂਦਾ, ਕਿਸੇ ਦਰੱਖਤਾਂ 'ਚ ਲੱਗ ਜਾਂਦਾ, ਕਿਸੇ ਪਸ਼ੂਆਂ 'ਚ ਲੱਗ ਜਾਂਦਾ, ਕਿਸੇ ਇਨਸਾਨਾਂ 'ਚ ਲੱਗ ਜਾਂਦਾ। ਇੱਦਾਂ ਪਿਆਰ ਸਾਡਾ ਵੰਡਿਆ ਜਾਂਦਾ ਹੈ। ਅਤੇ ਫਕੀਰ ਕੀ ਕਹਿੰਦੇ ਹੈ ਕਿ ਉਹ ਪਿਆਰ ਤੂੰ ਕਿਤੇ ਦੇਖੀ ਵੰਡੀ ਨਾ, ਉਹ ਪਿਆਰ ਆਪਣੇ ਅੰਦਰ ਉਹਨੂੰ ਜਜ਼ਬ ਕਰੀ।
ਸਾਂਭ ਕੇ ਰੱਖੀ। ਕਈ ਵਾਰ ਅਸੀਂ ਇਹ ਤਜਰਬੇ ਕੀਤੇ, ਕਈ ਬੰਦੇ ਜਿਹੜੇ ਜੇ ਉਹਨਾਂ ਨੂੰ ਰਾਤ ਦੇ ਸਮੇਂ ਕੋਈ ਸਾਧ ਸੰਗਤ ਹੀ ਨਜ਼ਰ ਆ ਜਾਂਦੀ ਹੈ ਜਾਂ ਸਤਿਗੁਰ ਦਾ ਹੀ ਸਰੂਪ ਆ ਜਾਂਦਾ ਹੈ ਤਾਂ ਉਹ ਦਿਨੇ ਘਰ ਘਰ ਦੱਸਣਾ ਸ਼ੁਰੂ ਕਰ ਦਿੰਦਾ। ਉਹ ਬਰਦਾਸ਼ਤ ਨਹੀਂ ਕਰ ਸਕਦਾ, ਉਹ ਪਿਆਰ ਜਿਹੜੀ ਖੁਸ਼ੀ ਅੰਦਰ ਆਉਂਦੀ ਹੈ ਉਹਨੂੰ ਉਹ ਬਰਦਾਸ਼ਤ ਨਹੀਂ ਕਰ ਸਕਦਾ, ਇਹ ਨਹੀਂ ਸਾਂਭ ਨਹੀਂ ਸਕਦਾ ਵੀ ਮੈਂ ਚੁੱਪ ਕਰ ਜਾਵਾਂ, ਉਹ ਜ਼ਰੂਰ ਦੱਸਣਾ ਸ਼ੁਰੂ ਕਰ ਦੇਵੇਗਾ। ਪਰ ਸੰਤ ਕਹਿੰਦੇ ਹੈ ਉਹਨੂੰ ਤੂੰ ਆਪਣੇ ਅੰਦਰ ਬਰਦਾਸ਼ਤ ਕਰ, ਆਪਣੇ ਅੰਦਰ ਰੱਖ, ਤਾਂ ਕਿ ਜੇ ਤੂੰ ਬਾਹਰ ਕੱਢ ਦਿੱਤੀ ਖਲਾਰ ਦਿੱਤੀ ਮੁੜ ਕੇ ਇਕੱਠੀ ਨਹੀਂ ਆਉਣੀ। ਕਿਸੇ ਚੀਜ਼ ਨੂੰ ਤੁਸੀਂ ਬਾਹਰ ਕੱਢ ਦਿਓ ਮੁੜ ਕੇ ਉਹ ਅੰਦਰ ਨਹੀਂ ਆ ਸਕਦੀ। ਹਾਂਜੀ, ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ। ਆਪੇ ਸਾਡੇ ਅੰਦਰ ਉਹ ਮਾਲਕ ਵਸ ਜਾਂਦਾ ਹੈ, ਸਹਿਜੇ ਸਹਿਜੇ ਸਹਿਜੇ, ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਸਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ। ਉਹ ਆਪਣੇ ਆਪ ਹੀ ਜਦ ਅਸੀਂ ਉਹਦਾ ਧਿਆਨ ਕਰਾਂਗੇ ਉਹ ਸਾਡੇ ਵੱਲ ਚੁੱਕ ਜਾਏਗਾ, ਆਉਣਾ ਸ਼ੁਰੂ ਹੋ ਜਾਏਗਾ, ਆਸਤੇ ਆਸਤੇ ਸਾਡੇ ਅੰਦਰ ਉਹ ਵਸ ਜਾਏਗਾ। ਹਾਂਜੀ, ਇੱਕ ਨਾ ਮਨ ਮੁਖ ਸ਼ਬਦ ਨਾ ਪਾਵੇ ਬੰਧਨ ਬੰਦ ਪਵਾਇਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਇੱਕ ਮਨਮੁਖ ਜੀਵ ਜਿਹੜੇ ਹੈ ਉਹਨਾਂ ਨੂੰ ਸ਼ਬਦ ਚੰਗਾ ਹੀ ਨਹੀਂ ਲੱਗਦਾ, ਉਹਨਾਂ ਨੂੰ ਸਾਧ ਸੰਗਤ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਸਾਧੂ ਸੰਤ ਕੋਈ ਚੰਗਾ ਨਹੀਂ ਲੱਗਦਾ। ਉਹ ਆਪਣੇ ਆਪ ਨੂੰ ਹੀ ਸਮਝਦੇ ਹੈ ਕਿ ਅਸੀਂ ਹੀ ਚੰਗੀਆਂ, ਹੋਰ ਕੋਈ ਹੈ ਹੀ ਨਹੀਂ। ਉਹਨਾਂ ਨੂੰ ਸਮਝ ਹੀ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ ਔਰ ਕੀ ਕਰਨਾ ਚਾਹੀਦਾ ਹੈ। ਇਹ ਵੀ ਸ਼ਬਦ ਦੀ ਤਾਕਤ ਜਿਹੜੀ ਹੈ ਇਹ ਵੀ ਗੁਰਮੁਖਾਂ ਨੇ ਸਮਾਈ, ਗੁਰਮੁਖ ਦੇ ਅੰਦਰ ਹੀ ਬੈਠੀ ਹੈ, ਇਹ ਆਮ ਨਹੀਂ। ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ, ਇਹ ਮਿਹਨਤ ਦਾ ਕੰਮ ਹੈ, ਮਿਹਨਤ ਦਾ ਪੈਸਾ ਕੋਈ ਗੁਆਉਂਦਾ ਨਹੀਂ। ਜਿਹੜਾ ਦਿਨ ਰਾਤ ਮਿਹਨਤ ਕਰਦਾ ਹੈ, ਭੁੱਖੇ ਰਹਿ ਕੇ ਨੰਗੇ ਰਹਿ ਕੇ ਤਕਲੀਫਾਂ ਕੱਢ ਕੇ ਜਿਹੜਾ ਕੋਈ ਪੈਸਾ ਕਮਾਉਂਦਾ ਹੈ ਉਹ ਐਵੇਂ ਨਹੀਂ ਸੁੱਟਦਾ, ਉਹ ਤਰੀਕੇ ਨਾਲ ਵਰਤੇਗਾ। ਜਿਹੜੇ ਮਹਾਂਪੁਰਖ ਦਿਨ ਰਾਤ ਨਾਮ ਦੀ ਕਮਾਈ ਕਰਦੇ ਆ ਉਹ ਐਵੇਂ ਨਹੀਂ ਸੁੱਟਦੇ ਹੈਗੇ, ਉਹ ਤਰੀਕੇ ਨਾਲ ਵਰਤਦੇ ਹੈ, ਕਿਉਂਕਿ ਉਹਨਾਂ ਦੀ ਮਿਹਨਤ ਹੈ। ਜਿਹੜੀ ਮਿਹਨਤ ਦੀ ਚੀਜ਼ ਹੈ ਉਹਨੂੰ ਕੋਈ ਐਵੇਂ ਨਹੀਂ ਵਰਤਦਾ, ਖਾਲੀ ਘੜੇ ਜਿਹੜੇ ਛਲਕਦੇ ਫਿਰਦੇ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜਦੋਂ ਗੁਰੂ ਸਾਹਿਬ ਨੂੰ ਉਹਨਾਂ ਨਾਥਾਂ ਨੇ ਕੱਢ ਦਿੱਤਾ, ਕੁਛ ਹੋਰ ਬਦਮਾਸ਼ ਨਾਲ ਬੰਦੇ ਲਗਾਏ ਅਤੇ ਬੱਦਲ ਨਹੀਂ ਸੀ ਉਹਨਾਂ ਦਿਨਾਂ 'ਚ ਪੈਂਦੇ, ਅਤੇ ਉਹਨਾਂ ਨੂੰ ਕਿਹਾ, ਨਾਥਾਂ ਨੇ ਕਿਹਾ ਲੋਕਾਂ ਨੂੰ ਕਿ ਇਹ ਜਿਹੜੇ ਸੰਤ ਨੇ ਇਹ ਬੱਦਲ ਨਹੀਂ ਪੈਣ ਦਿੰਦੇ, ਇਹਨਾਂ ਨੂੰ ਇੱਥੋਂ ਕੱਢ ਦਿਓ। ਉਹਨਾਂ ਲੋਕਾਂ ਨੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ। ਜਦੋਂ ਗੁਰੂ ਸਾਹਿਬ ਜੀ ਤੀਸਰੀ ਪਾਤਸ਼ਾਹੀ ਗਏ, ਦੇਖਿਆ ਉੱਥੇ ਨਹੀਂ, ਪੁੱਛਿਆ ਕਿੱਧਰ ਗਏ ਆ, ਕੀ ਹੋਇਆ, ਪਤਾ ਲੱਗਾ ਕਿ ਇਹਨਾਂ ਨੇ ਕਿਹਾ ਕਿ ਬਦਲ ਨਹੀਂ, ਇਹ ਸੈਂਤ ਬਦਲ ਨਹੀਂ ਪੈਣ ਦਿੰਦੇ ਅਤੇ ਇੱਥੋਂ ਇਹਨਾਂ ਨੂੰ ਕੱਢ ਦਿਓ। ਇਹਨਾਂ ਨੇ ਕਿਹਾ
ਕਿ ਬੱਦਲ ਅਤੇ ਨਾਥਾਂ ਨੇ ਰੋਕਿਆ ਹੈਗਾ, ਇਹ ਤੁਸੀਂ ਜਿਸ ਵੀ ਜ਼ਮੀਨ 'ਚ ਨਾਥ ਨੂੰ ਲੈ ਜਾਓ ਕਿਸੇ ਨੂੰ, ਉੱਥੇ ਬੱਦਲ ਪੈ ਜਾਏਗਾ। ਜਿਹੜੇ ਤਕੜੇ ਤਕੜੇ ਬੰਦੇ ਸੀ ਉਹ ਕਿਸੇ ਨਾਥ ਨੂੰ ਲੈ ਗਏ ਅਤੇ ਉੱਥੇ ਬੱਦਲ ਪੈ ਗਿਆ। ਦੂਜਾ ਤਕੜਾ ਪਿਆ ਉਹ ਖਿੱਚ ਕੇ ਲੈ ਗਿਆ। ਜਿਹੜੇ ਮਾੜੇ ਫਿਰ ਉਹ ਕਹਿਣ, ਜੀ ਸਾਡੇ ਹੁਣ ਸਾਡੀਆਂ ਪੈਲੀਆਂ 'ਚ ਬੱਦਲ ਕਿੱਦਾਂ ਪੈਣਾ? ਕਹਿੰਦੇ ਤੁਸੀਂ ਇੱਕ ਰੂਮ ਵੀ ਪੁੱਟ ਕੇ ਲੈ ਜਾਓਗੇ ਤਾਂ ਉਹਦੇ ਵੀ ਬੱਦਲ ਪੈ ਜਾਏਗਾ। ਉਹ ਨਾ ਬਾਲ ਹੀ ਪੁੱਟਣਾ ਸ਼ੁਰੂ ਕਰ ਦਿੱਤੇ। ਜਿਸ ਵੇਲੇ ਗੁਰੂ ਸਾਹਿਬ ਦੇ ਪਾਸ ਗਏ, ਗੁਰੂ ਸਾਹਿਬ ਨੇ ਕਿਹਾ ਇਹ ਕੀ ਕੀਤਾ ਹੀ ਆ, ਇਹ ਬੜਾ ਗਲਤ ਕੰਮ ਤੂੰ ਕੀਤਾ, ਇਹ ਕੀ ਕੀਤਾ, ਇਹ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ ਜੀ ਅਸੀਂ ਘੜੇ ਭਰੇ ਨਹੀਂ ਹੈਗੇ, ਤੁਸੀਂ ਘੜੇ ਭਰਿਓ, ਤੁਸੀਂ ਉਛਲੇ ਨਹੀਂ, ਅਸੀਂ ਘੜੇ ਅੱਧੇ ਆ ਖਾਲੀ ਹਾਂ, ਅਸੀਂ ਛਲਕ ਜਾਂਦੇ ਹਾਂ। ਜਿਹੜਾ ਅੱਧਾ ਘੜਾ ਹੁੰਦਾ ਪਰ ਪਾਣੀ ਥੋੜ੍ਹਾ ਹੁੰਦਾ ਜਿਹਦੇ ਵਿੱਚ, ਉਹ ਛਲਕਦਾ ਹੈ, ਜਿਹੜਾ ਭਰਿਆ ਉਹ ਨਹੀਂ ਛਲਕਦਾ। ਇਸ ਵਾਸਤੇ ਜਿਹੜੇ ਸ਼ਬਦ ਵਿਆਸੀ ਮਹਾਂਪੁਰਖ ਦਿਨ ਰਾਤ ਨਾਮ ਦੀ ਕਮਾਈ ਕਰਦੇ ਹੈ, ਉਹ ਘੜੇ ਭਰੇ ਹੁੰਦੇ ਹੈ, ਉਹ ਛਲਕਦੇ ਨਹੀਂ ਹੈਗੇ। ਜੋ ਮਰਜ਼ੀ ਹੋ ਜਾਏ, ਔਰ ਜਿਹੜੇ ਅੱਧੇ ਉਹ ਛਲਕ ਜਾਂਦੇ। ਇਸ ਵਾਸਤੇ ਕਿ ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ। ਹਾਂਜੀ, ਇੱਕ ਨਾ ਮਨ ਮੁਖ ਸ਼ਬਦ ਨਾ ਪਹਾਵੇ, ਬੰਧਨ ਬੰਦ ਪਵਾਇਆ, ਲੱਖ ਚੁਰਾਸੀ ਫਿਰ ਫਿਰ ਆਵੇ, ਬਿਰਥਾ ਜਨਮ ਗਵਾਇਆ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ, 84 ਲੱਖ ਜੀਆ ਜੂਨ ਦੇ ਵਿੱਚ ਫਿਰ ਉਹ ਪਾਉਂਦਾ ਰਹਿੰਦਾ ਹੈ ਔਰ ਕਈ ਬੰਧਨਾਂ 'ਚ ਫਸਿਆ ਰਹਿੰਦਾ। ਕਿਉਂ? ਉਹ ਨਾਮ ਜਪਿਆ ਨਹੀਂ, ਈਸ਼ਵਰ ਦੀ ਭਗਤੀ ਕੀਤੀ ਨਹੀਂ, ਮਾੜੇ ਕਰਮ ਕੀਤੇ ਔਰ ਮਾੜੇ ਕਰਮਾਂ ਦਾ ਰਿਜ਼ਲਟ ਇਹ ਹੋਇਆ ਕਿ 84 ਚ ਜਾਣਾ ਪਿਆ। ਜੈਸੇ ਅਸੀਂ ਕਰਮ ਕਰਾਂਗੇ ਉਹਨਾਂ ਕਰਮਾਂ ਦਾ ਸਾਨੂੰ ਹਿਸਾਬ ਕਿਤਾਬ ਤਾਂ ਲੈਣਾ ਹੀ ਪਏ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ, ਮਨਮੁਖ ਜੀਵ ਦੀ ਹਾਲਤ ਦੱਸ ਰਹੇ ਆ ਗੁਰੂ ਸਾਹਿਬ ਜੀ। ਹਾਂਜੀ, ਲੱਖ ਚੁਰਾਸੀ ਫਿਰ ਫਿਰ ਆਵੇ, ਬਿਰਥਾ ਜਨਮ ਗਵਾਇਆ। ਇਸ ਜਨਮ ਦਾ ਕਦਰ ਤੋਂ ਸੰਤਾਂ ਹੀ ਕੀਤਾ ਹੈ। ਜਿਤਨੇ ਮਹਾਂਪੁਰਖ ਆਏ ਹੈ ਉਹਨਾਂ ਇਸ ਮਨੁੱਖਾ ਜਨਮ ਦਾ ਕਦਰ ਕੀਤਾ ਹੈ, ਇਸ ਨੂੰ ਬੜਾ ਉੱਚਾ ਸਲਾਇਆ ਹੈ ਕਿ ਸਾਰੀਆਂ ਜੂਨਾਂ ਦਾ ਇਹ ਅਵਸਰ ਹੈ, ਇਹ ਤੋਂ ਬੜਾ ਜਨਮ ਕੋਈ ਮਿਲ ਨਹੀਂ ਸਕਦਾ। ਔਰ ਅਸੀਂ ਇਹ ਬਿਰਥਾ ਹੀ ਸਾਡਾ ਜਨਮ ਚਲਾ ਜਾਂਦਾ। ਜਦੋਂ ਅਸੀਂ ਨੇਕ ਪਾਕ ਕੰਮ ਨਹੀਂ ਕੀਤੇ ਤਾਂ ਸਾਡਾ ਜਨਮ ਜਿਹੜਾ ਐਵੇਂ ਹੀ ਚਲਾ ਗਿਆ, ਕੋਈ ਫਾਇਦਾ ਨਹੀਂ ਅਸੀਂ ਲਿਆ। ਮਹਾਂਪੁਰਖ ਜੋ ਦਿਨ ਰਾਤ ਨਾਮ ਦੀ ਕਮਾਈ ਕਰਦੇ ਹੈ ਉਹ ਇਸ ਜਨਮ ਦਾ ਫਾਇਦਾ ਲੈ ਲੈਂਦੇ ਆ ਔਰ ਕਈਆਂ ਜਨਮਾਂ ਨੂੰ ਫਾਇਦਾ ਦੇ ਦਿੰਦੇ ਆ। ਸਿਰਫ ਆਪੇ ਨਹੀਂ ਫਾਇਦਾ ਲੈਂਦੇ, ਉਹ ਜਿਹੜੀ ਮਿਹਨਤ ਕਰਦੇ ਹੈ ਕਈਆਂ ਜਨਮਾਂ ਦਾ ਫਾਇਦਾ ਲੈ ਲੈਂਦੇ ਕਰ ਦਿੰਦੇ ਹੈਗੇ।
ਇਸੇ ਤਰ੍ਹਾਂ ਕਈ ਵਾਰ ਅੱਗੇ ਸਾਖੀ ਇਹ ਸੁਣਾਈ ਹੈ, ਕਿਸੇ ਪਾਤਸ਼ਾਹ ਨੇ ਆਪਣੇ ਨੌਕਰ ਨੂੰ ਕਿਹਾ ਕਿ ਅੱਜ ਕੌੜੇ ਤੋਂ ਕੌੜਾ ਖਾਣਾ ਬਣਾ। ਉਸਨੇ ਇੱਕ ਜਵਾਨ ਦਾ ਨਕਸ਼ਾ ਬਣਾ ਕੇ ਪਾਤਸ਼ਾਹ ਦੇ ਅੱਗੇ ਤਲ ਕੇ ਰੱਖ ਦਿੱਤਾ। ਪਾਤਸ਼ਾਹ ਕਹਿੰਦਾ ਇਹ ਕੀ ਖਾਣਾ ਹੈਗਾ, ਇਹ ਜਵਾਨ ਦਾ ਨਕਸ਼ਾ ਹੈ। ਕਹਿਣ ਲੱਗੇ ਜੀ ਇਹ ਬੜਾ ਕੌੜਾ ਹੈ, ਇਹ ਜਿਸ ਘਰ ਦੇ ਵਿੱਚ ਇਹਦਾ ਜ਼ੋਰ ਚੱਲਦਾ ਹੈ ਉੱਥੇ ਫਲਟੀ ਫਲਟੀ ਕਰ ਦਿੰਦਾ ਹੈ ਘਰ ਦੀ ਵੀ, ਜਿਸ ਪਿੰਡ ਵਿੱਚ ਵੜ ਜਾਂਦਾ ਹੈ ਪਿੰਡ ਦਾ ਵੀ ਤਪਾਹ ਪਿੰਡ ਨੂੰ ਕਰ ਦਿੰਦਾ ਹੈ, ਰਾਜਾ ਨੂੰ ਤਪਾਹ ਕਰ ਦਿੰਦਾ ਹੈ। ਇਹੀ ਜਵਾਨ ਸਾਡੀ ਜਿਹਦੇ ਵਿੱਚ ਸਾਨੂੰ ਸੁੱਖ ਮਿਲ ਸਕਦਾ, ਇਹਦੇ ਵਿੱਚ ਹੀ ਦੁੱਖ ਮਿਲ ਸਕਦਾ। ਪਾਤਸ਼ਾਹ ਨੂੰ ਮੰਨਣਾ ਪਿਆ। ਦੂਸਰੇ ਦਿਨ ਕਿਹਾ ਕਿ ਅੱਜ ਮਿੱਠੇ ਤੋਂ ਮਿੱਠਾ ਖਾਣਾ ਬਣਾ, ਕਿਉਂਕਿ ਪਾਂਡਵਾਂ ਦੀ ਮਿਸਾਲ ਦਿੱਤੀ ਹੈ ਕਿ ਪਾਂਡਵਾਂ ਦਾ ਜਿਹੜਾ ਜੰਗ ਹੋਇਆ ਸੀ ਕਾਹਦੇ ਤੋਂ ਹੋਇਆ ਸੀ, ਜਵਾਨ ਤੋਂ ਹੋਇਆ ਸੀ, ਜਵਾਨ ਤੋਂ ਉਹਨਾਂ ਦਾ ਜੰਗ ਹੋਇਆ ਸੀ। ਦੂਸਰੇ ਦਿਨ ਕਿਹਾ ਮਿੱਠੇ ਤੋਂ ਮਿੱਠਾ ਖਾਣਾ ਬਣਾ। ਉਸਨੇ ਫਿਰ ਇਹੀ ਜਵਾਨ ਦਾ ਹੀ ਨਕਸ਼ਾ ਬਣਾ ਕੇ ਤਲ ਕੇ ਪਾਤਸ਼ਾਹ ਦੇ ਅੱਗੇ ਰੱਖ ਦਿੱਤਾ ਅਤੇ ਪਾਤਸ਼ਾਹ ਕਹਿੰਦਾ ਇਹ ਤਾਂ ਕੱਲ੍ਹ ਵਾਲਾ ਹੀ ਖਾਣਾ ਹੈਗਾ। ਕਹਿੰਦੇ ਜੀ ਇਹ ਨਹੀਂ ਕੱਲ੍ਹ ਵਾਲਾ, ਇਹ ਹੋਰ ਹੈ, ਹੋਰ ਕਿਹੜਾ, ਇਹੋ ਹੀ ਹੈ, ਕੱਲ੍ਹ ਵੀ ਇੱਦਾਂ ਦਾ ਹੀ ਸੀ। ਕਹਿੰਦੇ ਨਹੀਂ, ਇਸ ਜਵਾਨ ਦੇ ਨਾਲ ਰਿਸ਼ੀਆਂ ਮੁਨੀਆਂ ਨੇ ਹੌਲੀਏ ਪੈਗੰਬਰ ਆਏ, ਸੰਤ ਮਹਾਂਪੁਰਖ ਆਏ ਹੈ, ਉਹਨਾਂ ਈਸ਼ਵਰ ਦੀ ਭਗਤੀ ਕੀਤੀ ਹੈ ਔਰ ਲੱਖਾਂ ਕਰੋੜਾਂ ਜੀਵਾਂ ਨੂੰ ਫਾਇਦਾ ਦੇ ਗਏ। ਇਹ ਉਹ ਕੱਲ੍ਹ ਵਾਲਾ ਖਾਣਾ ਨਹੀਂ ਹੈਗਾ। ਤੋ ਇਸ ਵਾਸਤੇ ਸੰਤ ਮਹਾਂਪੁਰਖ ਜਦ ਵੀ ਦੁਨੀਆ 'ਤੇ ਆਉਂਦੇ ਹੈ ਉਹ ਜੋ ਵੀ ਕਮਾਈ ਕਰਦੇ ਹੈ ਉਹਦੇ ਬਹੁਤ ਸਾਰੇ ਹਿੱਸੇਦਾਰ ਬਣ ਜਾਂਦੇ ਹੈ ਅਤੇ ਬਹੁਤ ਸਾਰਿਆਂ ਦਾ ਭਲਾ ਕਰ ਜਾਂਦੇ ਹੈ, ਲੱਖਾਂ ਕਰੋੜਾਂ ਦਾ ਭਲਾ ਕਰ ਜਾਂਦੇ ਹੈ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਹਾਂਜੀ, ਲੱਖ 84 ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ। ਮਨਮੁੱਖਾਂ ਦੀ ਹਾਲਤ ਗੁਰੂ ਸਾਹਿਬ ਜੀ ਦੱਸ ਰਹੇ ਹੈ ਕਿ ਉਹ ਮਨਮੁੱਖਤਾ ਕਰਮ ਕਰਦੇ ਹੈ ਜੀ, ਮਾੜੇ ਕਰਮ ਕਰਦੇ ਹੈ, ਮਾੜੇ ਕਰਮਾਂ ਦਾ ਰਲ ਇਹ ਹੈ ਕਿ ਉਹਨੂੰ 84 ਜਾਣਾ ਪਏਗਾ ਔਰ 84 ਦੇ ਕੁੱਤੇ ਬਿੱਲੇ ਕੀੜੇ ਮਕੌੜੇ ਪਸ਼ੂ ਪਰਿੰਦੇ ਭੂਤ ਪ੍ਰੇਤ ਉਸਨੂੰ ਬਣਨਾ ਪੈਂਦਾ ਔਰ ਕਈ ਜਨਮਾਂ ਦੇ ਵਿੱਚ ਆਉਣਾ ਪੈਂਦਾ। ਇੱਕ ਵਾਰ ਨਹੀਂ, ਇਹ ਜਨਮ ਨਹੀਂ, ਕਈ ਜਨਮ ਨੇ। ਜਦੋਂ ਮੌਸਮ ਗਰਮੀ ਦਾ ਮੌਸਮ ਹੁੰਦਾ ਹੈ ਤੁਸੀਂ ਦੇਖੋ ਕਿ ਮੁੜ ਕੇ ਨਾਲ ਹੀ ਹਜ਼ਾਰਾਂ ਕਰੋੜਾਂ ਜੀਵ ਪੈਦਾ ਹੋ ਜਾਂਦੇ ਔਰ ਜਿਨ੍ਹਾਂ ਦੀ ਮਨਿਆਦ ਬਹੁਤ ਥੋੜ੍ਹੀ ਹੈ, ਜ਼ਿਆਦਾ ਨਹੀਂ ਹੈਗੀ। ਜੇ ਬੱਦਲ ਪੈਂਦਾ ਹੈ ਤਾਂ ਬੱਦਲ ਨਾਲ ਹੀ ਕਈ ਜੀਵ ਮਰ ਜਾਂਦੇ ਆ, ਲੱਖਾਂ ਕਰੋੜਾਂ ਮਰ ਜਾਂਦੇ। ਹਵਾ ਆਉਂਦੀ ਹੈ, ਹਵਾ ਦੇ ਟੱਕਰ ਨਾਲ ਹੀ ਮਰ ਜਾਂਦੇ ਆ, ਛੋਟੇ ਛੋਟੇ ਜੀਵ ਰੁੜ ਜਾਂਦੇ ਆ, ਪਾਣੀ ਵਿੱਚ ਰੁੜ ਜਾਂਦੇ ਆ, ਕਈ ਕੁਛ ਹੋ ਜਾਂਦਾ ਹੈ। ਔਰ ਜਿਨ੍ਹਾਂ ਦੇ ਕਈ ਜਨਮ ਜਿਹੜੇ ਮੁੜਕੇ ਦੇ ਵਿੱਚ ਇਹ ਜੀਵ ਪੈਦਾ ਹੋ ਜਾਂਦੇ ਆ, ਕਈ ਵਾਰ ਉਹਨੂੰ ਜਨਮ ਲੈਣਾ ਪੈਂਦਾ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਮਨਮੁੱਖ ਦੀ ਹਾਲਤ ਇਹ ਹੈ ਕਿ ਉਸਨੇ ਈਸ਼ਵਰ ਦੀ ਭਗਤੀ ਨਹੀਂ ਕੀਤੀ, ਨੇਕ ਪਾਕ ਕੰਮ ਨਹੀਂ ਕੀਤੇ ਔਰ 84 ਵਿੱਚ ਆਉਣਾ ਪਿਆ। ਹਾਂਜੀ, ਭਗਤਾ ਮਨ ਆਨੰਦ ਹੈ
ਸੱਚੇ ਸ਼ਬਦ ਰੰਗ ਰਾਤੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿ ਭਗਤਾਂ ਦੇ ਮਨ ਵਿੱਚ ਬਹੁਤ ਖੁਸ਼ੀ ਪੈਦਾ ਹੋ ਜਾਂਦੀ, ਬੜਾ ਆਨੰਦ ਪੈਦਾ ਹੋ ਜਾਂਦਾ। ਕਿਉਂ? ਉਹ ਖੁਸ਼ੀ ਦਾ ਕੰਮ ਕਰਦੇ। ਇੱਕ ਅਫਸਰ ਨੇ ਇੱਕ ਵਾਰ ਸਾਡੇ ਨਾਲ ਗੱਲਬਾਤ ਕੀਤੀ, ਕਹਿੰਦਾ ਕਿ ਮੈਂ ਰਾਤ ਦੇ ਸਮੇਂ ਬੜੇ ਅੱਛੇ ਤਰੀਕੇ ਨਾਲ ਸੌਂ ਜਾਂਦਾ, ਮੈਨੂੰ ਕੋਈ ਚਿੰਤਾ ਨਹੀਂ ਹੁੰਦੀ। ਕਿਉਂ? ਕਿ ਮੈਂ ਸਵੇਰੇ ਜੋ ਵੀ ਅਦਾਲਤ ਵਿੱਚ ਕੰਮ ਕਰਦਾ, ਮੈਂ ਗਲਤ ਨਹੀਂ ਕਰਦਾ। ਮੇਰਾ ਮਨ ਮੰਨਦਾ ਹੈ ਕਿ ਮੈਂ ਗਲਤ ਕੰਮ ਨਹੀਂ ਕੀਤਾ, ਮੈਂ ਠੀਕ ਕੰਮ ਕਰਦਾ ਔਰ ਬੜੇ ਆਰਾਮ ਨਾਲ ਮੈਂ ਸੌਂ ਜਾਂਦਾ। ਜਿਹੜੇ ਲੋਕ ਗਲਤ ਕੰਮ ਕਰਦੇ ਹੈ ਉਹ ਰਾਤੀ ਸੌਂ ਵੀ ਨਹੀਂ ਸਕਦੇ, ਉਹ ਸੌਂ ਵੀ ਨਹੀਂ ਸਕਦੇ ਜਿਹੜੇ ਗਲਤ ਕੰਮ ਕਰਦੇ। ਇਸ ਵਾਸਤੇ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਿਹਾ ਹੈ ਕਿ ਭਗਤਾਂ ਦੇ ਮਨ ਵਿੱਚ ਆਨੰਦ ਹੈ, ਖੁਸ਼ੀ ਹੈ। ਕਿਉਂ? ਕਿ ਉਹ ਮਾਲਕ ਦੀ ਭਗਤੀ ਕਰਦੇ, ਈਸ਼ਵਰ ਦਾ ਨਾਮ ਜਪਦੇ ਹੈ। ਉਹਨਾਂ ਦੇ ਦਿਲ ਵਿੱਚ ਇਹ ਹੈ ਕਿ ਅਸੀਂ ਕੋਈ ਮਾੜਾ ਕੰਮ ਕਿਸੇ ਦਾ ਕੀਤਾ ਨਹੀਂ, ਕਿਸੇ ਨਾਲ ਮਾੜਾ ਨਹੀਂ ਕੀਤਾ, ਕਿਸੇ ਨੂੰ ਮਾੜਾ ਬੋਲਿਆ ਨਹੀਂ। ਉਹਨਾਂ ਦੇ ਦਿਲ ਵਿੱਚ ਖੁਸ਼ੀ ਰਹਿੰਦੀ ਹੈ। ਔਰ ਜਿਹੜਾ ਜੀਵ ਮਾੜਾ ਕਰਮ ਕਰਦਾ ਹੈ ਉਹਦੇ ਅੰਦਰ ਕੋਈ ਖੁਸ਼ੀ ਨਹੀਂ ਰਹਿੰਦੀ, ਉਹ ਸੜਦਾ ਰਹਿੰਦਾ, ਸਾਰੀ ਜ਼ਿੰਦਗੀ ਹੀ ਸੜਦਾ ਰਹਿੰਦਾ। ਉਹਦੇ ਅੰਦਰ ਇੱਕ ਐਸੀ ਕੈਸ਼ਟ ਬਣ ਜਾਂਦੀ ਹੈ ਜਿਹੜੀ ਫਿਰਦੀ ਰਹਿੰਦੀ ਹੈ। ਜਦੋਂ ਵੀ ਉਹ ਸੌਂਦਾ ਬਹਿੰਦਾ ਉਹਦੀ ਛਾਤੀ ਦੇ ਉੱਤੇ ਫਿਰਦੀ ਰਹਿੰਦੀ ਹੈ ਰੀਲ, ਜੋ ਕਰਮ ਕੀਤਾ ਹੁੰਦਾ ਹੈ। ਹਾਂਜੀ, ਭਗਤਾ ਮਨ ਆਨੰਦ ਸੱਚੇ ਸ਼ਬਦ ਰੰਗ ਰਾਤੇ, ਅਨ ਦਿਨ ਗੁਣ ਗਾਵੇ ਸਤ ਨਿਰਮਲ ਸਹਿਜੇ ਨਾਮ ਸਮਾਤੇ। ਗੁਰੂ ਸਾਹਿਬ ਜੀ ਆਹ ਸ਼ਬਦ ਵਿੱਚ ਸਹਿਜੇ ਦੱਸ ਰਹੇ ਹੈ। ਅਸੀਂ ਬਹੁਤ ਸਾਰੇ ਲੋਕ ਜਦੋਂ ਨਾਮ ਲੈਂਦੇ ਹਾਂ ਤਾਂ ਅਸੀਂ ਦਸਾਂ ਦਿਨਾਂ ਮਹੀਨੇ ਵਿੱਚ ਹੀ ਇਹ ਅਰਜ਼ਾਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਨੂੰ ਲੱਭਾ ਕੁਝ ਨਹੀਂ ਜੀ। ਅਸੀਂ ਕਈਆਂ ਨੂੰ ਪੁੱਛਿਆ ਵੀ ਤੁਸੀਂ ਕੀ ਲੱਭਦੇ ਹੋ ਜਿਹੜਾ ਤੁਹਾਨੂੰ ਲੱਭਾ ਨਹੀਂ, ਕੀ ਗੁਆਚਾ ਹੈ ਤੁਹਾਡਾ ਜਿਹੜਾ ਤੁਹਾਨੂੰ ਲੱਭਦਾ ਨਹੀਂ? ਉਹ ਤਾਂ ਲੱਭਣ ਵਾਲੀ ਚੀਜ਼ ਹੀ ਨਹੀਂ ਹੈ, ਉਹ ਤਾਂ ਤੁਹਾਡੇ ਅੰਦਰ ਗੁਪਤ ਆ ਰਹੀ ਹੈ। ਉਹ ਤੁਹਾਨੂੰ ਹੀ ਲੱਭਣੀ ਹੈ, ਜਦ ਵੀ ਲੱਭੀ ਉਹ ਕਿਸੇ ਨੂੰ ਲੱਭਣ ਵਾਲੀ ਚੀਜ਼ ਨਹੀਂ ਹੈਗੀ। ਸਹਿਜੇ ਦੱਸ ਰਹੇ ਆ ਗੁਰੂ ਸਾਹਿਬ ਜੀ ਕਿ ਭਗਤੀ ਕਰਦੇ ਆ ਜਿਹੜੇ ਈਸ਼ਵਰ ਦਾ ਨਾਮ ਜਪਦੇ ਹੈ, ਤਾਂ ਸਹਿਜੇ ਸਹਿਜੇ ਉਹਨਾਂ ਦੇ ਅੰਦਰ ਉਹ ਤਾਕਤ ਪੈਦਾ ਹੋਣਾ ਸ਼ੁਰੂ ਹੋ ਜਾਂਦੀ ਹੈ। ਸਹਿਜੇ ਸਹਿਜੇ ਤੁਸੀਂ ਬਾਹਰ ਦੀ ਮਿਸਾਲ ਵੀ ਲੈ ਲਓ, ਹਜ਼ੂਰ ਕਈ ਵਾਰ ਬਾਹਰ ਦੀਆਂ ਮਿਸਾਲਾਂ ਦੇ ਕੇ ਸਮਝਾਉਂਦੇ ਹੁੰਦੇ ਸੀ, ਕਿਉਂਕਿ ਜੀਵ ਇੱਦਾਂ ਸਮਝਦਾ ਨਹੀਂ। ਕਿਸੇ ਵੀ ਵਰਿਸ਼ ਕਿਸੇ ਪੌਦੇ ਦਾ ਧਿਆਨ ਧਰੋ ਤੁਸੀਂ, ਉਹ ਤੁਹਾਨੂੰ ਯਕਦਮ ਫਲ ਨਹੀਂ ਦੇਗਾ, ਸਹਿਜੇ ਸਹਿਜੇ ਵਧੇਗਾ ਔਰ ਆਪਣੇ ਟਾਈਮ ਪਰ ਫਲ ਦੇਗਾ। ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ, ਕੋਈ ਐਸੀ ਚੀਜ਼ ਨਹੀਂ ਜਿਹੜੀ ਯਕਦਮ ਸਾਨੂੰ ਉਹ ਮਰਾਸ਼ੀਆਂ ਦੇ ਮੁੰਡਿਆਂ ਨੇ ਕਿਤੇ ਅੰਬ ਦਾ ਬੂਟਾ ਪੁੱਟ ਕੇ ਲਾਇਆ ਅਤੇ ਰੋਜ਼ ਹੀ ਥੱਲਿਓਂ ਪੁੱਟ ਪੁੱਟ ਕੇ ਦੇਖਣ ਕਿ ਅੰਬ ਪਏ ਕਿ ਨਹੀਂ।
ਬੂਟਾ ਲਾਇਆ ਤਾਂ ਰੋਜ਼ ਪੁੱਟ ਪੁੱਟ ਕੇ ਦੇਖਣ ਕਿ ਅੰਬ ਪਏ ਕਿ ਨਹੀਂ ਪਏ। ਹੁਣ ਅੰਬ ਤਾਂ ਕਿਤੇ ਟਾਈਮ ਸਿਰ ਹੀ ਪੈਣੇ ਸਨ। ਮਰਾਸ਼ੀਆਂ ਦੀਆਂ ਮਿਸਾਲਾਂ ਜਿਹੜੀਆਂ ਬੜੀਆਂ ਮਤਾਸ਼ੀ ਹੁੰਦੇ ਮਖੌਲੀ ਹੁੰਦੇ ਹੈਗੇ ਆ। ਹਜ਼ੂਰ ਕਈ ਵਾਰ ਮਰਾਸ਼ੀ ਦੀ ਮਿਸਾਲ ਦਿੰਦੇ ਹੁੰਦੇ ਸੀ ਕਿ ਇੱਕ ਮਰਾਸ਼ੀ ਨੇ ਜਵਾਰ ਗੁੱਡੀ ਕਿਤੇ ਕਿਸੇ ਦੀ ਅਤੇ ਹਨੇਰੀ ਆਈ ਤਾਂ ਸਾਰੀ ਡਿੱਗ ਪਈ, ਸਾਰੀ ਡਿੱਗ ਪਈ ਹਨੇਰੀ ਦੇ ਨਾਲ। ਤੋ ਰਾਤ ਵੇਲੇ ਉਹ ਜਿਹੜੇ ਟਟੈਣੇ ਜਿਹੇ ਚੱਲਦੇ ਹੈ ਉਹ ਬਹੁਤ ਸਾਰੇ ਪੈਲੀ 'ਚ ਚੱਲ ਰਹੇ ਸੀ ਅਤੇ ਮਰਾਸ਼ਨ ਕਹਿੰਦੀ ਵੇ ਕਿਵਿਆਂ ਇਹ ਸਾਡੀ ਪੈਲੀ 'ਚ ਕੌਣ ਹੈ, ਇੰਨੀਆਂ ਬੈਟਰੀਆਂ ਬਾਲ ਕੇ ਦੇਖ ਰਿਹਾ, ਇਹ ਕੌਣ ਹੈ, ਤੂੰ ਜਾ ਕੇ ਪਤਾ ਤਾਂ ਕਰ। ਅਤੇ ਕੀਮਾ ਕਹਿੰਦਾ ਆਗੂ ਮਰਾਸ਼ੀ ਕਹਿੰਦਾ ਤੈਨੂੰ ਨਹੀਂ ਪਤਾ? ਇਹ ਨਹੀਂ ਮੈਨੂੰ ਨਹੀਂ ਪਤਾ, ਇਹ ਖੁਦਾ ਆ ਕੇ ਦੇਖਣ ਡਿਆ ਕਿ ਕੀਮੇ ਦਾ ਟੰਡਾ ਕੋਈ ਖੜਾ ਤਾਂ ਨਹੀਂ ਰਹਿ ਗਿਆ, ਇਹ ਵੀ ਪੁੱਠਾ ਸੁੱਟ ਦਿਆਂ ਮੈਂ, ਇਹਦਾ ਕੋਈ ਟੰਡਾ ਖੜਾ ਤਾਂ ਨਹੀਂ ਰਹਿ ਗਿਆ, ਇਹ ਵੀ ਮੈਂ ਪੁੱਠਾ ਸੁੱਟ ਦਿਆਂ। ਸੋ ਮਰਾਸ਼ੀ ਦੀ ਗੱਲਾਂ ਜਿਹੜੀਆਂ ਮਹਾਰਾਜ ਫਰਾਉਂਦੇ ਹੁੰਦੇ। ਮਰਾਸ਼ੀਆਂ ਦੇ ਮੁੰਡੇ ਗਏ ਬਾਲਣ ਚੁਣਨ ਕਿਤੇ ਅਤੇ ਕਹਿਣ ਲੱਗੇ ਹੇ ਖੁਦਾ ਸਾਨੂੰ ਆਟਾ ਨਾ ਦੇਈਂ। ਕਿਸੇ ਰਾਹ ਹੀ ਜਾਂਦੇ ਨੇ ਕਿ ਉਹ ਆਟੇ ਵਾਸਤੇ ਲੋਕ ਦੇਸਾਂ ਪਰਦੇਸਾਂ 'ਚ ਜਾਂਦੇ ਹੈ, ਸ਼ਦਾਈਓ ਤੁਸੀਂ ਕਹਿੰਦੇ ਹੋ ਆਟਾ ਨਾ ਦੇਈਂ, ਇਹ ਨਹੀਂ ਆਟਾ ਹੋਏਗਾ ਤਾਂ ਅਸੀਂ ਬਾਲਣ ਦੇ ਨਹੀਂ ਚੁਗਾਂਗੇ। ਸੋ ਇਸ ਵਾਸਤੇ ਕਿ ਜਿਸਨੇ ਕਰਨਾ ਕੱਖ ਨਹੀਂ, ਜਿਸਨੇ ਕਰਨਾ ਹੀ ਕੁਛ ਨਹੀਂ, ਉਹਦੇ ਵਾਸਤੇ ਉਹਨੂੰ ਮਿਲਣਾ ਕੀ ਹੈ? ਸਹਿਜੇ ਸਹਿਜੇ ਹਰ ਚੀਜ਼ ਜਿਹੜੀ ਵੱਧਦੀ ਹੈ, ਜਦੋਂ ਬੰਦਾ ਤੁਰ ਪਏ ਕੰਮ ਕਰਨਾ ਸ਼ੁਰੂ ਕਰ ਦੇ ਉਹ ਸਹਿਜੇ ਸਹਿਜੇ ਵਧਣਾ ਸ਼ੁਰੂ ਹੋ ਜਾਏਗੀ। ਇੱਕ ਦਿਨ ਸਵਾਮੀ ਜੀ ਮਹਾਰਾਜ ਫਰਮਾਇਆ ਕਿ ਮਣਾ ਵੱਧੇ ਉਹਦੇ ਕਰਮ ਬਣ ਜਾਂਦੇ ਹੈ, ਛੜਾਕੀਆਂ 'ਚ ਨਹੀਂ ਰਹਿੰਦੇ, ਛੜਾਕੀਆਂ 'ਚ ਕਰਮ ਨਹੀਂ ਰਹਿੰਦੇ, ਤੋਲਿਆਂ 'ਚ ਨਹੀਂ ਰਹਿੰਦੇ, ਕਿਲੋਆਂ 'ਚ ਨਹੀਂ ਰਹਿੰਦੇ, ਮਣਾ ਵੱਧੇ ਕਰਮ ਬਣ ਜਾਂਦੇ। ਜਦੋਂ ਮਣਾ ਵੱਧੇ ਕਰਮ ਬਣ ਜਾਂਦੇ ਫਿਰ ਉਹ ਮੁੱਕ ਨਹੀਂ ਸਕਦੇ। ਜਿਹਨਾਂ ਜਿਹਨਾਂ ਫਕੀਰਾਂ ਨੇ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ, ਤੁਸੀਂ ਦੇਖੋ ਉਹਨਾਂ ਦੇ ਕਰਮ ਕਿਤਨੇ ਵਧੇ ਹੈ, ਔਰ ਉਹਨਾਂ ਦੇ ਦਿਨ ਦਿਹਾੜ 'ਤੇ ਲੱਖਾਂ ਰੁਪਈਏ ਲੋਕ ਲਗਾਉਂਦੇ ਹੈਗੇ, ਕਿਤਨਾ ਬੜਾ ਕਰਮ ਵੱਧ ਗਿਆ, ਕਿਤਨੇ ਜੱਗ ਉਹਨਾਂ ਦੇ ਨਾਂ 'ਤੇ ਲੱਗਦੇ ਹੈ, ਕਿਤਨੇ ਭੁੱਖੇ ਪਿਆਸੇ ਖਾਣਾ ਖਾਂਦੇ ਹੈ, ਕਿਉਂਕਿ ਕਰਮ ਵਧਿਆ। ਉਹ ਕਰਮ ਜਿਹੜਾ ਸੰਤਾਂ ਦਾ ਬਹੁਤ ਬੜਾ ਕਰਮ ਬਣ ਜਾਂਦਾ ਹੈਗਾ। ਹਾਂਜੀ, ਅੰਨ ਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ। ਹੁਣ ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਿਹਾ, ਨਾਲ ਇਹ ਵੀ ਦੱਸ ਰਿਹਾ ਕਿ ਅੰਨ ਦਿਨ, ਇਹ ਨਹੀਂ ਕਿ ਇੱਕ ਦਿਨ ਅਸੀਂ ਭਜਨ ਬੈਠੇ ਅਤੇ ਮਹੀਨਾ ਛੁੱਟੀਆਂ ਕਰ ਲਈਆਂ, ਨਹੀਂ, ਗੁਰੂ ਸਾਹਿਬ ਜੀ ਫਰਮਾ ਰਹੇ ਆਣ ਦੇਣ ਗੁਣ ਗਾਏ, ਆਣ ਦੇਣ ਹੀ ਫਿਰ ਸਹਿਜੇ ਸਹਿਜੇ ਉਹਨਾਂ ਦੇ ਅੰਦਰੋਂ ਤਾਕਤ ਪੈਦਾ ਹੋ ਜਾਏਗੀ। ਅਸੀਂ ਇੱਕ ਦਿਨ ਭਜਨ ਬੈਠਦੇ ਹਾਂ, 10 ਦਿਨ ਸਾਡੀਆਂ ਛੁੱਟੀਆਂ ਹੋ ਜਾਂਦੀਆਂ, ਉਹ ਇੱਕ ਦਿਨ ਦੀ ਕਮਾਈ ਅਸੀਂ ਕਿੰਨਾ ਕੁ ਚਿਰ ਖਾ ਲੈਂਦੇ ਹਾਂ। ਅਸੀਂ ਦੁਨੀਆਂ ਦੀ ਮਿਸਾਲ ਲੈ ਲਈਏ ਕਿ ਦੁਨੀਆਂ ਦੇ ਵਿੱਚ ਵੀ ਅਸੀਂ ਰੋਟੀ ਪਾਣੀ ਵੀ ਜੋ ਵਰਤਦੇ ਹਾਂ ਅਤੇ ਰੋਜ਼ ਕੰਮ ਕਰਦੇ ਹਾਂ ਤਦ ਹੀ ਸਾਡਾ ਗੁਜ਼ਾਰਾ ਹੁੰਦਾ, ਅਸੀਂ ਨਾਗਾ ਨਹੀਂ ਪਾਉਂਦੇ, ਅਤੇ ਉਹਦੇ ਵਾਸਤੇ ਵੀ ਸਾਨੂੰ ਨਾਗਾ ਨਹੀਂ ਪਾਉਣਾ ਚਾਹੀਦਾ, ਤਦ ਹੀ ਸਾਡਾ ਧਨ ਜੁੜੇਗਾ।
ਤਦ ਹੀ ਸਾਡਾ ਅੱਛਾ ਕਰਮ ਬਣੇਗਾ। ਅਣ ਦਿਨ ਦੱਸਿਆ ਗੁਰੂ ਸਾਹਿਬ ਜੀ। ਹਾਂਜੀ, ਗੁਰਮੁਖ ਅੰਮ੍ਰਿਤ ਬਾਣੀ ਬੋਲੇ, ਸਭ ਆਤਮ ਰਾਮ ਪਛਾਣੀ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਕਿ ਗੁਰਮੁਖ ਜਿਹੜੇ ਹੈ ਉਹ ਅੰਮ੍ਰਿਤ ਬਾਣੀ ਬੋਲਦੇ, ਉਹ ਮਿੱਠੀ ਬਾਣੀ ਬੋਲਦੇ ਹੈ, ਹਰ ਇੱਕ ਨਾਲ ਪਿਆਰ ਕਰਦੇ ਹੈ ਔਰ ਪਿਆਰ ਹੀ ਸਿਖਾਉਂਦੇ ਹੈ। ਉਹਨਾਂ ਦੇ ਅੰਦਰ ਉਹ ਪਿਆਰ ਪੈਦਾ ਹੋ ਜਾਂਦਾ। ਪਿਆਰ ਜਿਹੜਾ ਹੈ ਉਹ ਸਭ ਗੱਲਾਂ ਬਾਤਾਂ ਦਾ ਮਜ਼ਬੂਤ ਨਹੀਂ ਹੈ, ਜਿਉਂ ਜਿਉਂ ਅਸੀਂ ਭਜਨ ਕਰਾਂਗੇ ਸਾਡੇ ਅੰਦਰ ਉਹ ਸ਼ਕਤੀ ਪੈਦਾ ਹੋਏਗੀ, ਸਾਡੇ ਅੰਦਰ ਉਹ ਸ਼ਕਤੀ ਪੈਦਾ ਹੋਏਗੀ ਪਿਆਰ ਵਾਲੀ। ਪਿਆਰ ਕੋਈ ਮੁੱਲ ਨਹੀਂ ਵਿਕਦਾ, ਪਿਆਰ ਗੱਲਾਂ ਬਾਤਾਂ ਦਾ ਮਜ਼ਬੂਤ ਨਹੀਂ ਹੈ। ਜਿਉਂ ਜਿਉਂ ਇਹ ਭਗਤੀ ਕਰੇਗਾ ਇਹਦੇ ਅੰਦਰ ਉਹ ਤਾਕਤ ਜਿਹੜੀ ਪੈਦਾ ਹੋਣਾ ਸ਼ੁਰੂ ਹੋ ਜਾਏਗੀ। ਹਾਂਜੀ, ਗੁਰਮੁਖ ਅੰਮ੍ਰਿਤ ਬਾਣੀ ਬੋਲੇ, ਸਭ ਆਤਮ ਰਾਮ ਪਛਾਣੀ। ਸਭ ਦੱਸਿਆ ਹੈ, ਤਮਾਮ ਦੇ ਅੰਦਰ ਉਹ ਆਤਮਾ ਦੀ ਪਛਾਣ ਕਰਦੇ, ਸਾਰਿਆਂ ਦੇ ਅੰਦਰ ਉਹ ਆਤਮਾ ਜੋ ਈਸ਼ਵਰ ਦੀ ਸ਼ਕਤੀ ਹੈ ਉਹ ਸਾਰਿਆਂ ਦੇ ਵਿੱਚ ਸ਼ਾਮਲ ਕਰਦੇ। ਇੱਕ ਵਾਰ ਇੱਕ ਬੰਦਾ ਮਿਲਿਆ, ਕਹਿਣ ਲੱਗਾ ਜੀ ਫਲਾਣੀ ਜਗ੍ਹਾ ਤੁਹਾਡਾ ਡੇਰਾ, ਮੈਂ ਕਿਹਾ ਜੀ ਆ ਮਾੜਾ ਜਿਹਾ ਹੈਗਾ, ਮੈਂ ਕਿਹਾ ਸਾਡਾ ਡੇਰਾ ਕਾਹਦਾ ਵਿਚਾਰਾ, ਗਰੀਬਾਂ ਦਾ ਕੀ ਡੇਰਾ ਹੁੰਦਾ, ਅਸੀਂ ਵੀ ਉੱਥੇ ਬਣਾਇਆ ਸੀ ਬੜਾ ਪੈਸਾ ਲਾਇਆ। ਮੈਂ ਕਿਹਾ ਕੀ ਅਸੂਲ ਹੈ ਤੁਹਾਡਾ, ਕੀ ਤੁਸੀਂ ਨਾਂ ਕੀ ਰੱਖਿਆ? ਕਹਿੰਦੇ ਕਿ ਕੁੱਲ ਸੁਲਾ। ਮੈਂ ਕਿਹਾ ਬਹੁਤ ਵਧੀਆ। ਮੈਂ ਕਿਹਾ ਫਿਰ ਤੁਹਾਨੂੰ ਜਦੋਂ ਤੁਹਾਡੇ ਮੁਰਸ਼ਦ ਨੇ ਨਾਮ ਦਿੱਤਾ ਤਾਂ ਤੁਹਾਨੂੰ ਕੋਈ ਬੰਦਿਸ਼ ਦੱਸੀ ਹੈ, ਕੋਈ ਰਹਿਤ ਦੱਸੀ ਹੈ? ਕਹਿੰਦਾ ਨਹੀਂ, ਸਾਡਾ ਤਾਂ ਮੁਰਸ਼ਦ ਕਹਿੰਦਾ ਜੋ ਮਰਜ਼ੀ ਖਾਓ ਪੀਓ, ਅਤੇ ਕੋਈ ਰਹਿਤ ਰੁਤ ਨਹੀਂ, ਇਹ ਨਾਂ ਰੱਖਿਆ ਕੁੱਲ ਸੁਲਾ। ਮੈਂ ਕਿਹਾ ਤੁਸੀਂ ਇਹ ਦੱਸੋ ਕਿ ਜਿਹਦੇ ਬੱਚੇ ਨੂੰ ਤੁਸੀਂ ਮਾਰ ਕੇ ਖਾਓਗੇ ਉਹ ਤੁਹਾਡੇ ਨਾਲ ਸੁਲਾ ਰੱਖੇਗਾ? ਕੁੱਲ ਸੁਲਾ ਦਾ ਮਕਸਦ ਹੈ ਕਿ ਕੁੱਲ ਦੇ ਨਾਲ ਅਸੀਂ ਸੁਲਾ ਕਰਨੀ ਹੈ, ਜੀਆ ਜੰਤ ਦੇ ਨਾਲ, ਹਰ ਇੱਕ ਜੀਵ ਦੇ ਨਾਲ, ਚਾਹੇ ਪਸ਼ੂ ਹੈ, ਪਰਿੰਦਾ ਹੈ, ਕੁੱਕੜੀ ਹੈ, ਮੁਰਗੀ ਕੋਈ ਵੀ ਹੈਗੀ ਹੈ, ਸਾਡੀ ਸੁਲਾ ਤਦ ਹੀ ਹੋ ਸਕਦੀ ਹੈ ਜੇ ਅਸੀਂ ਉਹਨੂੰ ਤਕਲੀਫ ਨਾ ਦੇਵਾਂਗੇ। ਤੁਸੀਂ ਦੱਸੋ ਕਿ ਜਦੋਂ ਤੁਸੀਂ ਉਹਨਾਂ ਦਾ ਕੋਈ ਬੱਚਾ ਮਾਰ ਕੇ ਖਾਓਗੇ ਤੁਹਾਡੇ ਨਾਲ ਸੁਲਾ ਕੁੱਲ ਹੋਏਗੀ? ਉਹ ਸੁਲਾ ਕਰੇਗਾ ਤੁਹਾਡੇ ਨਾਲ? ਅਤੇ ਥੋੜ੍ਹੇ ਚਿਰ ਚੁੱਪ ਕਰਕੇ ਤਾਂ ਫਿਰ ਕਹਿੰਦਾ ਨਹੀਂ ਨਹੀਂ ਵੈਸੇ ਤਾਂ ਹੁਣ ਤਾਂ ਕਹਿੰਦੇ ਆ ਸਾਡੇ ਮੁਰਸ਼ਦ ਵੀ ਨਹੀਂ ਖਾਣਾ ਚਾਹੀਦਾ। ਮੈਂ ਸ਼ਾਬਾਸ਼, ਹੁਣ ਕਹਿੰਦਾ ਤਾਂ ਪਹਿਲਾਂ ਮੈਂ ਕੀ ਸੀ, ਪਹਿਲਾਂ ਕੀ ਸੀ? ਮੈਂ ਕਿਹਾ ਹੁਣ ਕਹਿੰਦਾ ਨਹੀਂ ਖਾਣਾ ਅਤੇ ਪਹਿਲਾਂ ਕੀ ਸੀ? ਇਸ ਹਿਸਾਬ ਦੇ ਨਾਲ ਜੀਵ ਜਿਹੜਾ ਚੱਲ ਰਿਹਾ ਕਿੱਦਾਂ ਬਚ ਸਕੇਗਾ, ਕਿਸ ਤਰੀਕੇ ਨਾਲ ਬਚੇਗਾ? ਨਾ ਰੱਖ ਲੈਣਾ ਕੁੱਲ ਸੁਲਾ, ਅਤੇ ਕੁੱਲ ਸੁਲਾ ਦੇ ਨਾਲ, ਸੁਲਾ ਤਾਂ ਫਿਰ ਕੁੱਲ ਨਾਲ ਹੀ ਹੋਣੀ ਚਾਹੀਦੀ, ਕੁੱਲ ਤਾਂ ਹਰ ਇੱਕ ਚੀਜ਼ ਆ ਜਾਂਦੀ ਹੈ ਇਸ ਲਫਜ਼ ਦੇ ਵਿੱਚ, ਫਿਰ ਸਾਡੀ ਕੁੱਲ ਕੁੱਲ ਨਾਲ ਸੁਲਾ ਹੋਣੀ ਚਾਹੀਦੀ ਹੈ, ਸਾਰਿਆਂ ਨਾਲ ਪਿਆਰ ਹੋਣਾ ਚਾਹੀਦਾ ਹੈ। ਨਾ ਕੁਝ ਹੈ ਵਰਤਾਓ ਕੁਝ ਹੈ। ਹਾਂਜੀ, ਗੁਰਮੁਖ ਅੰਮ੍ਰਿਤ ਬਾਣੀ ਬੋਲੇ,
ਸਭ ਆਤਮ ਰਾਮ ਪਛਾਣੀ। ਉਹ ਸਾਰਿਆਂ ਦੇ ਵਿੱਚ ਆਤਮਾ ਦੀ ਪਛਾਣ ਕਰਦੇ ਹੈ, ਹਰ ਜੀਵ ਦੇ ਅੰਦਰ ਇਹੀ ਸੋਚਦੇ ਹੈ ਕਿ ਉਸ ਪਰਮਾਤਮਾ ਦੀ ਸ਼ਕਤੀ ਇਹਦੇ ਅੰਦਰ ਵੀ ਹੈ, ਮੇਰੇ ਅੰਦਰ ਵੀ ਹੈ, ਦੂਸਰੇ ਦੇ ਅੰਦਰ ਵੀ, ਉਹ ਸਾਡੇ, ਅਸੀਂ ਸਾਰੇ ਭੈਣ ਭਰਾ, ਸਾਰੇ ਅਸੀਂ ਇੱਕੋ ਹੀ ਮਾਤਾ ਪਿਤਾ ਦੇ ਪੁੱਤਰ ਹਾਂ, ਜੀਵ ਹਾਂ, ਦੁਨੀਆ ਵਿੱਚ ਆਏ ਹਾਂ। ਉਹ ਸਾਰਿਆਂ ਦੇ ਨਾਲ ਪਿਆਰ ਕਰਦੇ, ਜਿਸ ਤਰ੍ਹਾਂ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਕਬੀਰ ਖੜ੍ਹਾ ਬਾਜ਼ਾਰ ਮੈਂ, ਸਭ ਕੀ ਮੰਗੇ ਖੈਰ, ਨਾ ਕੈਸੇ ਦੋਸਤੀ ਨਾ ਕੈਸੇ ਬੈਰ। ਅਸੀਂ ਸਾਰਿਆਂ ਦੀ ਖੈਰ ਮੰਗ ਰਹੇ ਹਾਂ, ਸਾਰਿਆਂ ਦਾ ਭਲਾ ਮੰਗ ਰਹੇ ਹਾਂ, ਸਾਡੀ ਨਾ ਦੋਸਤੀ ਕਿਸੇ ਨਾਲ, ਨਾ ਸਾਡਾ ਕੋਈ ਵੈਰ ਹੈ ਕਿਸੇ ਨਾਲ। ਹਾਂਜੀ, ਏਕੋ ਸੇਵਨ ਇੱਕ ਆਰਾਧੇ, ਗੁਰਮੁਖ ਅਕਾਥ ਕਹਾਣੀ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਉਹ ਇੱਕ ਨੂੰ ਸੇਮਦੇ ਹੈ, ਇੱਕ ਨੂੰ ਰਾਧਦੇ। ਉਹਨਾਂ ਦੀ ਕਹਾਣੀ ਜਿਹੜੀ ਉਹ ਕਥਾ, ਉਹਨੂੰ ਕੱਥ ਨਹੀਂ ਸਕਦਾ ਕੋਈ ਵੀ। ਜਿਸ ਨੂੰ ਉਹ ਸੇਮਦੇ ਹੈ, ਜੋ ਕੰਮ ਕਰਦੇ ਹੈ, ਉਹ ਕਥਣ ਵਾਲਾ ਕੋਈ ਕੱਥ ਨਹੀਂ ਸਕਦਾ ਉਸਨੂੰ, ਉਹ ਲਿਖਣ ਪੜ੍ਹਨ ਵਿੱਚ ਨਹੀਂ ਆ ਸਕਦੀ। ਉਹ ਇੱਕ ਗੋਝ ਬਾਣੀ ਹੈ ਜਿਹੜੀ ਸਾਡੇ ਅੰਦਰ ਹੈ, ਉਹ ਦੇਖੇਗਾ ਕੌਣ? ਜਿਹੜਾ ਮਿਹਨਤ ਕਰੇਗਾ, ਮਿਹਨਤ ਕਰੇਗਾ ਉਹ ਦੇਖ ਲਏਗਾ। ਜਿਸ ਤਰ੍ਹਾਂ ਫਰਜ਼ ਦੇ ਤੌਰ ਤੁਸੀਂ ਦੁਨੀਆ ਦੀ ਮਿਸਾਲ ਲਓ, ਕਿਸੇ ਵੀ ਜ਼ਮੀਨ ਦੀ ਤੁਸੀਂ ਮਿਹਨਤ ਕਰਿਓ, ਉਹਦੇ ਵਿੱਚ ਤੁਸੀਂ ਹਰ ਚੀਜ਼ ਦੇਖ ਸਕਦੇ ਹੋ। ਉਹਦੇ ਵਿੱਚ ਤੁਸੀਂ ਫਸਲ, ਕਣਕ ਚੌਲ ਵੀ ਲਾ ਸਕਦੇ ਹੋ, ਗੋਭੀ ਵੀ ਲਾ ਸਕਦੇ ਹੋ, ਆਲੂ ਵੀ ਲਾ ਸਕਦੇ ਹੋ, ਹੋਰ ਵੀ ਕਈ ਚੀਜ਼ਾਂ ਉਹਦੇ ਵਿੱਚੋਂ ਕੱਢ ਸਕਦੇ ਹੋ ਤੁਸੀਂ। ਜਦ ਤੁਸੀਂ ਮਿਹਨਤ ਨਾ ਕਰੋਗੇ, ਕੋਈ ਚੀਜ਼ ਤੁਹਾਨੂੰ ਨਜ਼ਰ ਨਹੀਂ ਆਏਗੀ। ਇਸੇ ਤਰ੍ਹਾਂ ਗੁਰਮੁਖ ਜਿਹੜੇ ਹੈ, ਉਹ ਆਪਣੇ ਅੰਦਰ ਮਿਹਨਤ ਕਰਦੇ ਹੈ, ਔਰ ਉਹਨਾਂ ਨੂੰ ਸਾਰਿਆਂ ਦਾ ਪਤਾ ਲੱਗਦਾ ਹੈ ਕਿ ਉਹ ਪਰਮਾਤਮਾ ਦੀ ਸ਼ਕਤੀ ਜਿਹੜੀ ਹੈ ਉਹ ਹਰ ਜੀਵ ਦੇ ਅੰਦਰ ਹੈ। ਅਸੀਂ ਇੱਥੇ ਮਨ ਦੇ ਆਖੇ ਲੱਗ ਕੇ ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ, ਪਿਓ ਪੁੱਤ ਦਾ ਦੁਸ਼ਮਣ ਬਣ ਜਾਂਦਾ ਹੈ, ਸੱਜਣ ਮਿੱਤਰ ਇੱਕ ਦੂਸਰੇ ਦਾ ਦੁਸ਼ਮਣ ਬਣ ਜਾਂਦਾ ਹੈ, ਕਤਲੋਆਮ ਸ਼ੁਰੂ ਹੋ ਜਾਂਦਾ ਹੈ। ਜੇ ਅਸੀਂ ਸੋਚੀਏ ਕਿ ਸਾਡੇ ਹੀ ਹੈ, ਅਤੇ ਇਹੀ ਦੁਨੀਆ ਜਿਹੜੀ ਹੈ ਇਹ ਸਵਰਗ ਬਣ ਜਾਏ, ਕਿਸੇ ਨਾਲ ਕੋਈ ਵੈਰ ਵਿਰੋਧ ਨਾ ਹੋਵੇ, ਕਿਸੇ ਨਾਲ ਕੋਈ ਈਰਖਾ ਨਾ ਹੋਵੇ, ਇਹੀ ਦੁਨੀਆ ਜਿਹੜੀ ਸਵਰਗ ਬਣ ਸਕਦੀ ਹੈ, ਸੁੱਖ ਮਿਲ ਸਕਦਾ ਹੈ। ਦੁੱਖ ਕਾਹਦਾ ਹੈ ਸਾਨੂੰ? ਇਸੇ ਚੀਜ਼ ਦਾ ਦੁੱਖ ਹੈ, ਆਪ ਗਿਆਨੀ, ਸਾਡੇ ਵਿੱਚ ਉਹ ਗਿਆਨ ਨਹੀਂ। ਹਾਂਜੀ, ਏਕੋ ਸੇਵਨ ਇੱਕ ਆਰਾਧੇ, ਗੁਰਮੁਖ ਅਕਾਥ ਕਹਾਣੀ। ਸੱਚਾ ਸਾਹਿਬ ਸੇਵੀਐ, ਗੁਰਮੁਖ ਵਸੈ ਮਨ ਆਏ। ਗੁਰਮੁਖ ਦੀ ਤਾਰੀਫ ਕਰ ਰਹੇ ਹੈ ਗੁਰੂ ਸਾਹਿਬ ਜੀ ਕਿ ਉਹ ਸੱਚੇ ਸਾਹਿਬ ਨੂੰ ਸਿਮਦਾ ਹੈ, ਮਾਲਕ ਦੀ ਭਗਤੀ ਕਰਦਾ ਹੈ, ਅਤੇ ਉਹੀ ਮਾਲਕ ਉਹਨਾਂ ਦੇ ਵਿੱਚ ਆ ਕੇ ਸਮਾ ਜਾਂਦਾ। ਉਹ ਤਾਕਤ ਜਿਹੜੀ ਹੈ ਉਸ ਗੁਰਮੁਖ ਦੇ ਅੰਦਰ ਆ ਜਾਂਦੀ ਹੈ। ਹਾਂਜੀ, ਸਦਾ ਰੰਗ ਰਾਤੇ ਸੱਚ ਸਿਓ, ਆਪਣੀ ਕਿਰਪਾ ਕਰੇ ਮਿਲਾਏ। ਉਹਨਾਂ ਗੁਰਮੁਖਾਂ ਦੀ ਨਿਸ਼ਾਨੀ ਗੁਰੂ ਸਾਹਿਬ ਜੀ ਦੱਸ ਰਹੇ ਹੈ ਕਿ ਸਦਾ ਹੀ ਵਾਸਤੇ
ਉਹ ਰੰਗ ਵਿੱਚ ਰੰਗੇ ਰਹਿੰਦੇ, ਉਹਨਾਂ ਦੇ ਅੰਦਰ ਸਦਾ ਵਾਸਤੇ ਉਹ ਖੁਸ਼ੀ ਰਹਿੰਦੀ ਹੈ, ਉਹ ਆਪਣੀ ਕਿਰਪਾ ਉਹ ਮਾਣ ਨਹੀਂ ਕਰਦੇ, ਉਹ ਫਿਰ ਮਾਲਕ 'ਤੇ ਹੀ ਦਇਆ ਕਰਦੇ ਹੈ ਕਿ ਮਾਲਕ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਜੋ ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਹਾਂਜੀ, ਸਦਾ ਰੰਗ ਰਾਤੇ ਸੱਚ ਸਿਓ ਆਪਣੀ ਕਿਰਪਾ ਕਰੇ ਮਿਲਾਏ, ਆਪੇ ਕਰੇ ਕਰਾਏ ਆਪੇ, ਇੱਕ ਸੁੱਤਿਆਂ ਦੇ ਜਗਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ, ਆਪੇ ਕਰੇ ਕਰਾਏ ਆਪੇ, ਇੱਕ ਜਾਗਦੇ ਨਹੀਂ ਲੈਣ, ਇੱਕ ਸੁੱਤਿਆਂ ਨੂੰ ਦੇ ਜਗਾਏ। ਅਸੀਂ ਜੀਵ ਸੁੱਤੇ ਹਾਂ ਮੋਹ ਮਾਇਆ ਦੇ ਵਿੱਚ, ਸਾਨੂੰ ਉਹ ਜਾਗ ਕੇ ਜਗਾਉਂਦੇ ਹੈ, ਸਾਡੇ ਨਾਲ ਪਿਆਰ ਕਰਦੇ ਹੈ, ਸਾਨੂੰ ਸਮਝਾਉਂਦੇ ਹੈ, ਉਸ ਦੌਲਤ ਵਾਸਤੇ, ਉਸ ਸੁੱਖ ਵਾਸਤੇ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਣੀ 'ਚ ਫਰਮਾਇਆ, ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੇ ਬੋਰੌੜਕ ਚੌਲਾ। ਅਸੀਂ ਮਾਇਆਧਾਰੀ ਜੀਵ ਹੋ ਗਏ, ਔਰ ਅੰਨੇ ਅਤੇ ਅੱਖਾਂ ਤੋਂ ਬੋਲੇ, ਕੰਨਾਂ ਤੋਂ ਬੋਲੇ ਹੋ ਗਏ। ਸਾਡੇ ਅੰਦਰ ਉਹ ਸਭ ਕੁਝ ਆ ਰਿਹਾ ਹੈ, ਲੇਕਿਨ ਅਸੀਂ ਸੁਣਦੇ ਨਹੀਂ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਵੀ ਫਰਮਾਇਆ, ਐ ਮੂਰਖ ਤੂੰ ਜਾਗ, ਤੂੰ ਕਿਉਂ ਸੁੱਤਾ ਹੈ, ਉੱਠ ਜਾਗ, ਤੂੰ ਸੁੱਤਾ ਹੈ। ਸਾਨੂੰ ਸੈਂਤ ਕਹਿੰਦੇ ਆ ਸੁੱਤੇ ਹੋ। ਸਾਈਂ ਬੁੱਲੇ ਸ਼ਾਹ ਨੇ ਵੀ ਬਾਣੀ 'ਚ ਫਰਮਾਇਆ, ਉੱਠ ਜਾਗ, ਕੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ, ਇਹ ਸੌਣਾ ਤੇਰੇ ਦਰਕਾਰ ਨਹੀਂ, ਉੱਠ ਜਾਗ, ਜਾਗ ਕੇ ਆਪਣੀ ਦੌਲਤ ਨੂੰ ਸਾਂਭ ਲੈ। ਬੇਸ਼ੱਕ ਅਸੀਂ ਆਪਣੇ ਆਪ 'ਚ ਸਮਝਦੇ ਹਾਂ ਅਸੀਂ ਜਾਗਦੇ ਹਾਂ, ਲੇਕਿਨ ਸੰਤਾਂ ਦੇ ਸੂਲ ਦੇ ਮੁਤਾਬਕ ਅਸੀਂ ਸੁੱਤੇ ਹਾਂ, ਅਸੀਂ ਜਾਗਦੇ ਨਹੀਂ। ਜਾਗਦੇ ਤਾਂ ਤਦ ਹੋਈਏ ਜੀ ਅਸੀਂ ਉਹ ਨਾਮ ਜਪਦੀਏ, ਈਸ਼ਵਰ ਦੀ ਭਗਤੀ ਕਰੀਏ, ਉਹ ਆਪਣੀ ਚੀਜ਼ ਜਿਹੜੀ ਸੰਭਾਲੀਏ। ਸਾਡੀ ਚੀਜ਼ ਨੂੰ ਤਾਂ ਚੋਰ ਲੁੱਟ ਕੇ ਲੈ ਰਹੇ ਹੈ, ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜੇ ਹੈ ਚੋਰ ਬੈਠੇ ਸਾਡੇ ਅੰਦਰ, ਉਹ ਲੁੱਟ ਰਹੇ ਹੈ, ਸਾਨੂੰ ਸਮਝ ਨਹੀਂ ਆ ਰਹੀ। ਹਾਂਜੀ, ਆਪੇ ਕਰੇ ਕਰਾਏ ਆਪੇ, ਇੱਕ ਨਾ ਸੁੱਤਿਆਂ ਦੇ ਜਗਾਏ, ਆਪੇ ਮਿਲ ਮਿਲਾਏ ਦਾ, ਨਾਨਕ ਸ਼ਬਦ ਸਮਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਸਮਾਪਤ ਕਰਦੇ ਹੋਏ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਉਹ ਮਾਲਕ ਆਪੇ ਹੀ ਮੇਲ ਮਿਲਾਉਂਦਾ, ਆਪੇ ਹੀ ਸਾਡੇ 'ਤੇ ਦਇਆ ਕਰਦਾ ਹੈ, ਲੇਕਿਨ ਅਸੀਂ ਤੁਰੀਏ ਤਾਂ ਸਹੀ ਉਸ ਰਸਤੇ। ਜਦੋਂ ਅਸੀਂ ਤੁਰਾਂਗੇ ਉਹ ਜ਼ਰੂਰ ਸਾਡੇ 'ਤੇ ਮਿਦਿਆ ਕਰੇਗਾ, ਜ਼ਰੂਰ ਸਾਡੇ ਨਾਲ ਮਿਲੇਗਾ, ਸਾਡੀ ਖਾਹਿਸ਼ ਨੂੰ ਪੂਰਾ ਕਰੇਗਾ। ਜਦੋਂ ਅਸੀਂ ਤੁਰਦੇ ਨਹੀਂ, ਸਾਡੀ ਖਾਹਿਸ਼ ਪੂਰੀ ਕਿੱਦਾਂ ਹੋਏਗੀ, ਸਾਡਾ ਸਫ਼ਰ ਕਿੱਦਾਂ ਮੁੱਕੇਗਾ। ਸੈਂਤ ਕਰਦੇ ਹੋਈ ਵੀ ਮਾਣ ਨਹੀਂ ਕਰਦੇ, ਫਿਰ ਵੀ ਇਹੀ ਕਹਿੰਦੇ ਕਿ ਉਹ ਆਪੇ ਹੀ ਸਭ ਕੁਝ ਉਹ ਮਾਲਕ ਕਰਦਾ ਹੈ, ਸਭ ਕੁਝ ਉਹ ਆਪੇ ਹੀ ਦਿਆ ਕਰਦਾ, ਅਸੀਂ ਕੁਛ ਕਰਨ ਯੋਗੇ ਨਹੀਂ ਹੈ। ਹਾਂਜੀ,
ਆਪੇ ਮਿਲ ਮਿਲਾਏ ਦਾ ਨਾਨਕ ਸ਼ਬਦ ਸਮਾਏ। Respected Sasangat, today His Holiness has taken the phrases from the writings of Guru Amar Das Ji, the third Guru. By explaining his experience, Guru Sahib stresses upon all of us to understand and follow the dictates of the Master, which will result, as narrated by the Guru Sahib in the following phrases. Also, Guru Sahib explains about the behavior of those who do not follow the Master's guidelines. Here, Guru Sahib says, once one meets the Master, one gets rid of the sufferings and no more rebirth for the lucky one. One attains the realization and power within him. Then one develops the affection towards the Master, which provides the everlasting peace. Guru Sahib says, this is so, for saints are pure and they purify their disciples. Guru Sahib prays to Lord to take us in His shelter, and whichever the way He likes, we shall stay there. Guru Sahib says, if one kills his desires, one can sail across this ocean. Guru Sahib called them the fortunates who attain this. But Guru Sahib says, He Himself enables us to perform all this, but slowly, not a matter of hurry. Now Guru Sahib narrates about the Manmukhs. They do not like the saints, do not listen to them. They are all tied up in this world. They come again and again in 84 lakh lives and waste the very life of theirs. Guru Sahib says, the Gurmukhs are always satisfied and are dyed in false colors of the Lord. They every day meditate and finally merge into the Lord. They speak sweet and soft and take every one of the creations of the Lord. They always devote to the one only, which is not mentionable. Guru Sahib says, they devote to the Lord and become
itself, the Lord itself. They are always immersed in that reality. Guru Sahib says, He, the Lord, Himself does everything. If wills can awaken from the slumber even. Guru Nanak Dev Ji concludes saying that the Lord Himself, if wills, can enable us to meet the Master. Thank you very much. Radha Swami Dayal Kidya, Radha Swami Ji Sahar.